ਤੇਰਾ ਤਾਂ ਚਾਚੀ ਜੇ ਤੂੰ ਮਨੋ ਧਾਰ ਲੈ ਨਾ ਜਮਾ ਦਿਲੋਂ, ਤੇਰਾ ਤਾਂ ਸੀਨ ਐ ਨੀ ਪਤਾ ਚਾਚੀ ਗੁਫਾ ਚ ਪੈ ਜੇ। ਹੋਰ ਹੁਣ ਅਸੀਂ ਤਾਂ ਬੰਦਿਆਂ, ਸਾਡੀ ਤਾਂ ਮਜਬੂਰੀ ਆ, ਨਹੀਂ ਪੈਂਦਾ, ਭੈਣਾਂ ਦਾ ਸੀਨ ਪਊਗਾ ਉੱਥੇ। ਚਲੋ ਭਾਈ ਜੇ ਮੇਰੇ ਕਰਮ ਚੰਗੇ ਹੋਏ ਤਾਂ ਜ਼ਰੂਰ ਬਾਬੇ ਦੇ ਦਰਸ਼ਨ ਹੋਣਗੇ, ਨਾਲੇ ਗੁਫਾ 'ਚ ਬਾਬੇ ਦੇ ਦਰਸ਼ਨ ਕਰ ਲਵਾਂਗੇ, ਨਾਲੇ ਗੁਫਾ ਦਾ ਨਜ਼ਾਰਾ ਦੇਖ ਲਵਾਂਗੇ। ਹੋਰ ਹੁਣ ਚਾਚੀ ਮਨੋ ਕਰਕੇ ਬਹਿ ਜਾ ਬਸ ਇਹਦਾ ਤੂੰ। ਮੇਰੇ ਪੁੱਤ ਦੀ ਠੰਡੇ ਬਹੁਤ ਹੋ ਗਈ। ਓਹੋ ਠੰਡ ਨੇ ਵੀ ਵੱਟ ਕੱਢੇ ਪਏ ਆ। ਲਫੜਾ ਗਰਮ ਆ, ਤੱਤੀ ਵਾਲੀ ਹੈ ਕੋਈ ਨਾ, ਰੋਟੀ ਨਾਲ ਲੈ ਕੇ ਜਾਣੀ ਕਿ ਇੱਥੇ ਖਾ ਕੇ ਜਾਣੀ ਆ? ਨਾਲੇ ਬੰਨਦੀ, ਇੱਕ ਬੰਦਾ ਹੋਰ ਹੈ, ਦੋ ਦੀ ਬੰਨਦੀ। ਚਟਣੀ ਧਰਦਾ ਕਿ ਸਾਗ? ਚਟਣੀਆਂ ਰੱਖ ਦੀ, ਸਾਗ ਖਾ ਖਾ ਕੇ ਧੁੰਮੀ ਤਾਂ ਹਰੀ ਹੋਈ ਪਈ ਹੈ ਮੇਰੀ। ਚੱਲ ਭਾਈ ਮਰਜ਼ੀ ਤੇਰੀ। ਕੀ ਕਹਿੰਦਾ ਨੀ ਪੈਨਸ਼ਨ ਨੂੰ ਉਹ ਸਰੂਪ? ਪੈਨਸ਼ਨ ਨੂੰ ਤਾਂ ਕਹਿੰਦਾ ਸੀ ਅੰਗੂਠੇ ਗੁੱਠੇ 'ਚ ਅੱਜ ਫੇਰ ਲਵਾਉਣ ਆਊਗਾ। ਹੈ ਅੰਗੂਠੇ ਗੱਠੇ ਕਹਿੰਦਾ ਸੀ ਅੱਜ ਲਵਾਉਣ ਆਊਗਾ। ਅੱਛਾ ਚੱਲ ਜਿੱਥੇ ਜਿੱਥੇ ਅੰਗੂਠੇ ਲਾਏ ਦੇਣੇ ਲਾ ਦੇ ਭਰਾ, ਕੰਮ ਬਣਨਾ ਚਾਹੀਦਾ। ਹੋਰ ਸਰਕਾਰੀ ਪੈਸਾ ਛੱਡਿਆ ਥੋੜ੍ਹੀ ਜਾਂਦਾ। ਸਰਕਾਰੀ ਦੇ ਨਾਲ ਨਾਲ ਮਾੜੇ ਮੋਟੇ ਘਰ ਵਾਲੇ ਪੈਸੇ ਦੀ ਵੀ ਗੌਰ ਕਰ ਲਓ। ਹੈਂ ਉਹਨੂੰ ਕਹਿੰਦੇ ਜਵਾਕ ਦੇ ਨੂੰ, ਕਹਿੰਦਾ ਹੁਣ ਤਾਂ 6 ਮਹੀਨੇ ਹੋ ਗਏ, ਹੁਣ ਤਾਂ ਤੂੰ ਰੋਕਿਆ ਟੋਕਿਆ ਵੀ ਨਹੀਂ ਹੈਗਾ, ਤੈਨੂੰ ਹੁਣ ਤਾਂ ਦੇ ਦੇ ਭਲਾ ਪੈਸੇ ਸਾਡੇ। ਤੂੰ ਹੀ ਕਹਿ ਦੇ, ਮੇਰਾ ਤਾਂ ਟੈਲੀਫੋਨ ਜਿਹਾ ਨਹੀਂ ਚੱਕਦਾ। ਜੇ ਮੈਂ ਕਹੂੰਗਾ ਫਿਰ ਕਹੂੰਗਾ ਨਾਨਾ ਮੈਨੂੰ ਘੂਰਦਾ। ਹੈਂ ਘੂਰਨ ਵਾਲੀ ਗੱਲ ਤੇ ਘੂਰਨਾ ਵੀ ਪੈਂਦਾ? ਮੇਰੀ ਗੱਲ ਸੁਣ, ਤੂੰ ਤੂੰ ਕੁੜੀ ਨੂੰ ਫੋਨ ਕਰਕੇ ਕਹਿ, ਹੈਂ ਕਹਿ ਵੀ ਜਦੋਂ ਉਹਨੂੰ ਪਹਿਲੇ ਪੈਸੇ ਭੇਜਦੇ ਕਰਦੇ ਸਾਡੇ, ਨਾ ਸਾਡਾ ਟੈਲੀਫੋਨ ਚੱਕੇ, ਨਾ ਸਾਨੂੰ ਆ ਕੇ ਮਿਲੇਗੇ ਨੇ ਉਹ। ਹੈਂ ਇਹ ਕੋਈ ਗੱਲ ਥੋੜ੍ਹੀ ਬੰਦੇ ਵਾਲੀ ਕੋਈ। ਅੱਜ ਟੈਲੀਫੋਨ ਕਰਕੇ ਉਹਨੂੰ ਇੱਥੇ ਆਥਣਸ ਨੂੰ ਸੱਦ। ਮੇਰੀ ਗੱਲ ਸੁਣ ਲੈ, ਤੂੰ ਕੁੜੀ ਨੂੰ ਫੋਨ ਕਰਕੇ ਕਹਿ ਕਿ ਉਹਨੂੰ ਭੇਜ ਘਰੇ, ਜੇ ਕਹਿੰਦੇ ਤੇਰਾ ਨਾਨਾ ਉਰੇ ਆ ਗਿਆ, ਤੇਰਾ ਬਾਪ ਉਰੇ ਆ ਗਿਆ, ਫਿਰ ਤੁਸੀਂ ਤੰਗ ਹੋਵੋਗੇ ਭਾਈ। ਹੋਰ ਉੱਚਾ ਨਹੀਂ ਬੋਲਿਆ ਜਾਊਗਾ, ਕੌੜਮਾਂ ਦੀ ਥਾਂ ਇੱਕ ਮੈਸੇਜ ਡਿੰਗੀ ਜਾਂਦੀ ਆ। ਭੈਣ ਦੇ ਖਸਮ ਦੀ ਦੋ ਵਾਰ ਤਾਂ ਝੋਟੇ ਤਲਵਾ ਲਿਆਂਦੀ, ਹੋਰ ਪਤਾ ਨਹੀਂ ਕੀ ਭਾਲਦੀ ਆ ਇਹ। ਠੀਕ ਆ ਭਰਾ ਦੇ, ਪੀਕੇ ਨਾਲ ਜ਼ਰੂਰ ਖੜੂ ਇਹ। ਹੈਂ ਜੇ ਖੜਨੀ ਦੀ ਝੋਟੇ ਦੀ ਖੜ ਜਾਂਦੀ। ਇੰਨਾ ਰਿੰਗਦੀ ਆ ਲੈ, ਇਹ ਵੀ ਲਹੂ ਪੀਤਾ, ਇਹਦੀ ਮਾਂ ਵੀ ਨਖਸਮੀ ਇਦਾਂ ਦੀ ਸੀ। ਭੈਣ ਚੋ ਇਹਦਾ ਫਾਹਾ ਹੀ ਵੱਡੂ ਮੈਂ ਜੀ ਦਾ। ਵੱਢਦੇ ਫਾਹਾ ਪਰੇ, ਭਰਾ ਦੇ ਉਹ ਕੱਟੇ ਵਾਲੇ ਨੂੰ ਵੇਚਣ ਵਾਸਤੇ। ਹੋਰ ਅਸੀਂ ਇਹਦਾ ਫੰਡਰ ਦਾ ਕੀ ਕਰਨਾ, ਇੱਦੇ ਇਹਦੀ ਮਾਂ ਲਹੂ ਪੀਂਦੀ ਸੀ, ਤਿੰਨ ਤਿੰਨ ਵਾਰੀ ਟੀਕਾ ਭਰਾਉਣਾ ਪੈਂਦਾ ਸੀ ਤਾਂ ਕਿਤੇ ਜਾ ਕੇ ਹੁੰਦੀ ਸੀ। ਆ ਖੜੀ ਹੋ, ਰੋਟੀ ਬੰਨ ਜਾ ਕੇ ਖੇਤ ਵਾਸਤੇ ਬੰਨ ਦਿੰਦੀ ਜਾ ਮਾਂ ਖੇਤ ਇਹ ਲੈ ਚਾ। ਤੇਲ ਮੁੱਕ ਗਿਆ ਯਾਰ ਬਾਪੇ, ਉਹ ਜਵਾਕ ਜੇ ਚੱਕੀ ਫਿਰਦੇ ਰਹੇ, ਦੱਸਿਆ ਨੀ ਸਤਿ ਸ੍ਰੀ ਅਕਾਲ। ਹੋਰ ਆਵਾਂ ਤਾਂ ਭਾਈ ਕੀ ਬਸੌਰ ਤੂੰ ਰੋੜ ਕੇ ਲਿਆਇਆ ਪੰਪ ਤੇ ਹੈ ਨੀ ਤੀ, ਕਰਦੇ ਲਾ ਹੈ ਨੀ ਤੀ ਕੋਈ ਪੰਪ ਉੱਥੇ ਰਾਜ ਚ। ਪ੍ਰੀਤਾ ਹੈ ਨੀ? ਪ੍ਰੀਤ ਘਰੇ ਕਿੱਥੇ ਆ? ਨਿਕਲ ਗਈ ਤੇਰੇ ਹੱਥੋਂ ਹੋਰ ਕਿੱਥੇ ਆ? ਹੈਂ ਤੈਨੂੰ 50 ਬਰਸੀਆਂ ਆਉਂਦੀ ਵੀ ਤੀਵੀਂ ਤੇ ਡੰਡਾ ਰੱਖ, ਮਾੜਾ ਮੋਟਾ ਫੇਰ ਸੁਤੂਤ ਆਉਂਦੀ ਆ ਇਹ। ਹੈਂ ਕੱਢ ਲਈ ਹੱਥੋਂ ਤੇ ਹੁਣ ਇਹਦੇ, ਹੁਣ ਕਿੱਥੇ ਆ? ਮੈਨੂੰ ਕਿਤੇ ਕਿੱਥੇ ਗਈ ਆ? ਜਿੱਦ ਵੀ ਵਿਆਹ ਤੋਂ ਆਈਏ ਤੜਕੀ ਸੁਰਖੀ ਪਾਊਡਰ ਕਰਕੇ ਨਿਕਲ ਜਾਂਦੇ, 3-4 ਵਜੇ ਘਰੇ ਵੜਦੀ ਹੈ। ਹੈਂ ਪ੍ਰੀਤਾ ਮੈਨੂੰ ਬੜਾ ਦੱਸ ਦਈਏਗਾ ਹਾਂ ਕਿੱਥੇ ਜਾਂਦੇ ਕਿੱਥੇ ਨਾ ਦੱਸਦੀ ਹੈ। ਹੋ ਹੋ ਇਹਨੂੰ ਕੀ ਪ੍ਰੀਤ ਕਿੱਥੇ ਆ?
ਇਹਨੂੰ ਬੜਾ ਪਤਾ ਕਿੱਥੇ ਹੈ। ਆਪਣੇ ਪਿਓ ਕੰਜਰ ਨੂੰ ਕਹਿ ਦੇ ਕਿਉਂ ਕੁੱਤੇ ਵਾਂਗੂ ਭੌਂਕੀ ਜਾਂਦਾ, ਕਾਕੇ ਦੀ ਬਹੂ ਲਵੇ ਗਈ ਆ ਆ ਕੱਪੜੇ ਸਿੱਖਣ। ਕਹਿੰਦੀ ਮੈਂ ਸਿੱਖਣ ਗਈ ਆ ਕੱਪੜੇ, ਉਹ ਕਹਿੰਦੀ ਨਾਲੇ ਮੈਂ ਆਪ ਆਪਣੇ ਸੂਟ ਸੀ ਲਿਆ ਕਰੂੰਗੀ, ਨਾਲੇ ਆਂਢ ਗੁਆਂਢ ਦੇ ਸੀ ਲਿਆ ਕਰੂੰਗੀ, ਬੱਚਤ ਹੋ ਜਾਊਗੀ, 500-500 ਰੁਪਈਆ ਸਵਾਈ ਦਿੰਦੀ ਆ ਆਹ ਸਿੰਪਲ ਜਿਹੇ ਸੂਟ ਦੀ। ਆਪਣੀ ਬਹੂ ਦੀ ਆਪ ਦਫਾ ਪੱਟਣ ਲੱਗਾ ਆਂਢ ਗੁਆਂਢ ਕੋਠੇ ਤੇ ਕੜਾ। ਪਹਿਲਾਂ ਵੀ ਸਮਝਾਉਂਦਾ ਦੀਦੀ ਮੇਰੇ ਸਾਲ ਦੀ ਜਵਾਕਾਂ ਤੇ ਨਿਗਾਹ ਰੱਖਿਆ ਕਰ, ਡਾਂਗ ਲੈ ਕੇ ਮਗਰ ਪੈ ਜਾ ਫਿਰ। ਦੁੱਧ ਕੱਚਾ ਦੁੱਧ ਤੇ ਜਵਾਨੀ ਅਲੜ ਕੇ ਹੱਥੋਂ ਨਿਕਲ ਗਈ, ਫੇਰ ਹਿਸਾਬ ਤੇ ਮੇਰੀ ਗੱਲ ਆ, ਹੱਥੋਂ ਨਿਕਲ ਕੇ ਕਿਸੇ ਕੰਜਰ ਨੂੰ ਟਿਕਣ ਨਹੀਂ ਦਿੰਦਾ ਨਾ ਘਰ ਨਾ ਬਾਹਰ। ਕਿਸੇ ਨੂੰ ਫਿਰ ਟਿਕਣ ਵੀ ਦੇ ਦੇ, ਕਿਸੇ ਨੂੰ ਘਰ ਵੀ ਟਿਕਣ ਦੇ ਦੇ, ਕਿਸੇ ਨੂੰ ਬਾਹਰ ਵੀ ਟਿਕਣ ਦੇ ਦੇ। ਇਹ ਤਾਂ ਮੇਰੇ ਸਾਲ ਦਾ ਹੀ ਰੰਡੀ ਰੋਣਾ ਚੱਲੂ ਘਰੇ ਜਦੋਂ ਮਰਜ਼ੀ ਆ ਜਾ, ਮਾੜਾ ਮੋਟਾ ਚੁੱਪ ਕਰ ਜਾ ਕਰੋ, ਵਿਆਹ ਜੇ ਤੋਂ ਪਹਿਲਾਂ ਉੱਥੇ ਚੱਲ ਕੇ ਹਟਿਆ ਤਾਂ ਤੂੰ ਵੀ ਟਾਈਮ ਨਾਲ ਘਰ ਆ ਜਾਂਦਾ। ਮੇਰਾ ਗੱਲ ਸੁਣ, ਜਿੱਥੇ ਤੁਸੀਂ ਵਰਤਣਾ ਉੱਥੇ ਤੁਸੀਂ ਵਰਤਣਾ, ਜਿੱਥੇ ਨਹੀਂ ਵਰਤਣਾ ਉੱਥੇ ਤੁਸੀਂ ਤੁਰੇ ਜਾਂਦੇ ਆ। ਅਕਲ ਕਰੋ ਮਾੜੀ ਮੋਟੀ, ਭਾਗ ਜਾ, ਤਿੰਨਾਂ ਦਿਨਾਂ ਬਾਅਦ ਆ ਗਿਆ। ਮੇਰੀ ਗੱਲ ਸੁਣ ਲੈ ਓਏ, ਬਹੂ ਜੀ ਖਰਾਬ ਔਰ ਜਿਹੜੀ ਜਿਹਦੀ ਕੋਲੇ ਤੇਰੀ ਬਹੂ ਜਾਂਦੀ ਹੈ ਉਹ ਕਿਧਰੇ ਨਹੀਂ ਪਾਪੇ ਕੋਈ ਹੁੰਦਾ, ਠੀਕ ਆ ਬਹੂ ਹੁਣ ਅਗਲੇ ਨੂੰ ਬੜਾ ਪਤਾ ਡੱਟ ਕਦੋਂ ਪਾਣੀ ਪੀਂਦੀ ਹੈ, ਫਿਰ ਰੱਖਣਾ ਥੁੱਕ ਲਾ ਲਾ ਰੋਵੇਂਗਾ ਹੈ। ਉਹ ਚੱਲ ਯਾਰ ਪਾਪੇ ਸਾਡਾ ਕਲੇਸ਼ ਆ, ਤੂੰ ਐਂ ਦੱਸ ਮੱਝ ਦੇਖਣ ਗਿਆ ਦੀ ਕੀ ਬਣਿਆ, ਨਹੀਂ ਫਿਰ 11 ਤਰੀਕ ਨੂੰ ਧਨੌਲੇ ਦੀ ਮੰਡੀ ਤੇ ਚੱਲਾਂਗੇ। ਮੱਝ ਤਾਂ ਮੈਂ ਦੇਖ ਆਇਆ, ਮੱਝ ਦੇ ਨਾਲ ਨਾਲ ਮੈਂ ਰੰਗ ਕਰਤਾਰ ਦੇ ਵੀ ਦੇਖ ਕੇ ਆਇਆ। ਕੀ ਹੈ ਐਵੇਂ ਉਈ ਹਉਮੇ ਹਉਮੇ ਨਹੀਂ ਕਰ ਦਿੰਦੀ, ਮੇਰੀ ਆ ਮੇਰੀ ਆ ਮੇਰੀ ਆ, ਦਾਦੇ ਦਾ ਕੀ ਹੁੰਦਾ ਕਦੋਂ ਥੱਪੜ ਮਾਰ ਕੇ ਖੋਲੇ, ਕੀ ਹੋ ਗਿਆ ਹੁਣ। ਮੈਂ ਕੀ ਇਹਦੇ ਕਰੇ, ਮੈਂ ਦੇਖਣ ਗਿਆ ਸੀ ਮੈਂ, ਹਾਂ ਮੈਸਾਂ ਖੜੀਆਂ ਸੋਹਣੀਆਂ ਸਨੱਖੀਆਂ ਲਵੇਰੀਆਂ, ਅੱਛਾ ਦੋ ਬੋਰੀਆਂ ਦੋ ਦੂਜੀਆਂ ਕੁੰਡੇ ਸਿੰਗਾਲੀਆਂ, ਅੱਛਾ ਸੁੱਖ ਨਾਲ ਜ਼ਮੀਨ ਦੇ 10 ਕਿੱਲੇ ਘਰੇ, ਟਮਾਟਰ ਦੂਜਾ ਟਮਾਟਰ ਹੀ ਜਾਂਦਾ ਕਿਹੜਾ ਉਹ ਲਾਲ ਜਿਹਾ, ਹਾਂ ਹਾਂ ਹੈ ਹਾਂ, ਚਲਾਉਣ ਵਾਲਾ ਇੱਕ ਬੰਦਾ ਵੀ ਨਹੀਂ ਰਹੇਗਾ। ਕਿਉਂ ਬਾਰੇ ਗਏ ਹੋਏ ਨੇ, ਹੈ ਬਾਰੇ ਗਏ ਹੋਏ ਨੇ, ਬਾਰੇ ਕਿੱਥੇ ਬਲ ਲੈ ਗਿਆ ਪਰਮਾਤਮਾ ਵੀ ਆਪਦੀ ਚੀਜ਼ ਹੀ ਲੈ ਗਿਆ ਹੈ, ਸਮਝਿਆ ਜਾਂ ਨਹੀਂ ਯਾਰ ਬਾਪੇ ਮੈਂ ਤੇਰੀ ਗੱਲ, ਸਹੀ ਨਹੀਂ ਕਰੇ ਬੰਦਾ ਜੀ। ਅੱਛਾ ਬੁੜੀ ਨੇ ਤੇਰਾ ਕਹਿਣ ਦਾ ਮਤਲਬ, ਬੁੜੀਆਂ ਵੀ ਕਿਹੜੀ ਨੇ, ਦੋ ਹੀ ਨੇ, ਇੱਕ ਆਪ ਆ ਵਿਚਾਰੀ ਉਹ ਭੋਲੇ ਜੇ ਸੁਭਾਅ ਦੀ ਹੈ, ਇੱਕ ਉਹਦੀ ਲੜਕੀ ਹੈ ਹੈ। ਚਲੋ ਹੋਰ ਕੀ ਕਹਿੰਦੇ ਮੱਝ ਨੂੰ ਫਿਰ, ਮੈਂ ਇਸ ਦੀਆਂ ਤਾਂ ਗੱਲਾਂ ਕਹਿੰਦੀ ਬਾਬਾ ਮੈਂ ਇਸ ਤਾਂ ਲੈ ਜਾ ਕੋਈ ਚੱਕਰ ਨਹੀਂ, ਮੇਰਾ ਤਾਂ ਕੰਜਰ ਦਾ ਰੇੜ ਤਲੋਂ ਨੂੰ ਜੀ ਨਹੀਂ ਕਰਿਆ, ਸਿੱਧਾ ਦੇਖਿਆ ਦੁੱਖ ਸੁੱਖ ਸੁਣੇ ਉਹਨਾਂ ਦੇ ਵਿਚਾਰੇ ਦੇ ਹੈ। ਮੈਂ ਕਿਹਾ ਭਾਈ ਫਿਰ ਰਹੀ ਨਹੀਂ ਕਿਵੇਂ ਤੁਸੀਂ ਇਕੱਲੇ ਜਾਣੇ, ਡਰ ਨਹੀਂ ਲੱਗਦਾ ਹੈਗਾ, ਕਹਿੰਦੇ ਬਸ ਬਾਬਾ ਟਾਈਮ ਪਾਸ ਕਰਦੇ। ਉਹ ਬਥੇਰੇ ਆ ਪਿੰਡਾਂ 'ਚ ਯਾਰ ਇਕੱਲੀਆਂ ਬੁੜੀਆਂ ਰਹਿੰਦੀਆਂ, ਨਹੀਂ ਹੁੰਦਾ ਓਏ ਬੀਬੀ, ਕੋਈ ਨਹੀਂ ਹੁੰਦਾ ਸਤਗੁਰ ਹੁੰਦਾ, ਚੱਲ ਕੀ ਸਤਗੁਰ ਆਪੇ ਡਿਊਟੀਆਂ ਲਾ ਹੁੰਦਾ ਉਹ, ਚੱਲ ਫਿਰ। ਮੈਂ ਦੇਖਿਆ ਮੈਂ ਕਹਿੰਦੀ ਮਹਾਂ ਜਿਹਨਾਂ ਕੋਲੇ ਕੰਮ ਕਾਰ ਨਹੀਂ ਉਹ ਕੰਮ ਕਾਰ ਭਾਲਦੇ ਫਿਰਦੇ ਨੇ, ਜਿਹਨਾਂ ਕੋਲੇ ਕੰਮ ਕਾਰ ਹੈ ਉਹਨਾਂ ਕੋਲੇ ਬੰਦੀ ਨਹੀਂ ਹੈਗੀ, ਦੇਖ ਸਤਗੁਰ ਦੀ ਖੇਡ ਹੈ ਰੰਗ ਕਰਤਾਰ ਦੇ। ਮੈਂ ਨਹੀਂ ਨਾਲੇ ਹੁਣ ਵਿਆਹ ਵਿਊਜੇ 'ਤੇ ਜਾਂਦਾ ਯਾਰ ਬਥੇਰਾ, ਹੁਣ ਬਾਗ ਕਿਸੇ ਦਾ ਗੋਲਪਣਾ ਕਰੀ ਜਾ ਉੱਥੇ, ਚੱਲ ਫੜ ਸੁਣਾ ਮਜਾਊਂਗਾ ਨਾਲੇ ਮੈਂ ਫਿਰ ਖੇਤ ਆ ਜਾਊਂਗਾ ਥਣੇ ਜੇ। ਮੈਂ ਤਾਂ ਮੇਰੀ ਗੱਲ ਸੁਣੋ, ਜਿਹਦਾ ਮਾੜਾ ਮੁੰਡਾ ਤੁਹਾਨੂੰ ਬਣ ਕੇ ਕਰੀ ਆਪਾਂ ਵੀ ਹੁਣ ਹੈ, ਲੜਕੀ ਵਾਸਤੇ ਮੁੰਡਾ ਭਾਲ ਦੇ ਕਰਦੇ ਨੇ, ਕੌਣ ਮੈਂ ਦੇਖ ਕੇ। ਅੱਛਾ ਹੱਲ ਦੇ ਪਿੰਡ ਦੇ ਜਦੋਂ ਲੜਕੀ ਦਾ ਵਿਆਹ ਕਰਿਆ ਆਪਾਂ ਮੂਹਰੇ ਹੋ ਕੇ ਦੋਏ ਬਾਪ ਪੁੱਤ ਕੰਮ ਕਰਾਂਗੇ ਉਹਨਾਂ ਦੇ, ਆਪਣਾ ਭਾਪ ਕੀ ਗੱਡਾ ਖੜਿਆ ਨਾ ਕੋਈ ਰਿਸ਼ਤੇਦਾਰੀ ਨਾ ਕੋਈ ਅੰਗੜੀ ਸੰਗੜੀ ਮਿਲਦੀ, ਪੁੰਨ ਹੁੰਦਾ ਪੁੰਨ ਓਏ ਹੋਰ ਬਥੇਰੇ ਪੁੰਨ ਨੇ, ਦਸਮਾ ਦਸਮਾ ਤਾਂ ਨਿਕਲਦਾ ਚਾਹੀਦਾ ਹੈ, ਇਥੇ ਕੁੱਤੀ ਨੂੰ ਦਲੀਆ ਪਾ ਦਿਆ ਕਰ, ਇਥੇ ਸੂਈ ਹੋਈ ਆ ਗਈ ਉਹਨੂੰ ਦੇ ਦਿਆ ਕਰ, ਕੁੱਤੀਆਂ ਨੂੰ ਦਲੀਏ ਪਾਉਂਦੇ ਰਹੋ ਤੁਸੀਂ, ਆਹੀ ਤਾਂ ਕਰਦਿੱਤਾ ਕਰਦੇ ਆ, ਅਗਲੇ ਦੇ ਬਥੇਰੇ 10 ਕਿੱਲੇ ਜ਼ਮੀਨ ਦੇ ਨੇ ਹਜੇ ਉੱਥੇ ਏਸੀ ਨੂੰ ਦੱਸ ਗਿਆ ਘਰੇ ਹੀਟਰ ਲਵਾ ਦੇ, ਚਾਰ ਇੱਥੇ ਸੇਕ ਲਿਆ ਕਰਾਂਗੇ, ਕੀ ਧਿਆਣੀ ਹੈ ਕੰਜਰ ਤੇ ਏਸੀ ਦੇਵਾਂਗੇ ਆਪਾਂ ਠੰਡੀ ਹਵਾ ਲਾਵਾਂ। ਉਹ ਪਾਪੀ ਯਾਰ ਆਪਾਂ ਕੋਈ ਨਹੀਂ ਦਿੰਦੇ ਕਿਸੇ ਦੇ, ਆਪਾਂ ਨੂੰ ਕੀ ਲੋੜ ਆ ਕੋਈ ਜਾਣ ਨਹੀਂ ਪਛਾਣ ਨਹੀਂ, ਮੈਂ ਇਸ ਦਿਨ ਦੇ ਨੇ ਲਿਆ ਨਹੀਂ ਮੰਡੀ ਤੋਂ ਲਿਆਵਾਂਗੇ ਧਨੌਲੇ ਦੀ ਤੋਂ।
ਹੋਰ ਹੀ ਲੱਗ ਜਾਂਦਾ ਕਰਨ। ਮੈਂ ਨਹੀਂ ਸਮਝਦਾ ਸਮਝਦਾ ਬਾਪੇ ਯਾਰ ਖੇਤ ਬਾਪੇ ਮਾੜਾ ਮੋਟਾ ਆਪਾਂ ਜੇ ਇਹੋ ਜਿਹੇ ਬੰਦਿਆਂ ਨਾਲ ਲਵੇ ਲੱਗ ਕੇ ਰਹੀਏ ਆਪਣਾ ਦਸ ਬੰਦ ਨਿਕਲਦਾ ਰਹੂਗਾ। ਸਤਿਕਰਮ ਨੇ ਡਿਊਟੀ ਲਾ ਤੀ, ਹੁਣ ਉਹ ਕਹਿੰਦੇ ਵੀ ਧੀ ਧਿਆਣੀ ਦਾ ਵਿਆਹ, ਤੁਸੀਂ ਕਾਰਜ ਪੂਰੀ ਹੋ ਕੇ ਦੋਵੇਂ ਪਿਓ ਪੁੱਤਰੇ ਕਰਨੇ ਹੈ। ਇਹ ਕੋਈ ਸਤਿਗੁਰ ਵੱਲੋਂ ਡਿਊਟੀਆਂ ਲੱਗੀਆਂ ਹੋਣਗੀਆਂ ਨੇ, ਸਮਝਿਆ ਕਰ ਮਾੜਾ ਮੋਟਾ। ਮਾੜਾ ਮੋਟਾ ਘਰੋਂ ਜੇ ਆਪਾਂ ਪੁੰਨਦਾਨ ਕੱਢਾਂਗੇ ਫਿਰ ਘਰ ਦੇ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ। ਹੋਰ ਬਥੇਰੇ ਹੁੰਦੇ ਨੇ ਪੁੰਨਦਾਨ। ਆਜੀ ਖੇਤ ਅੱਜ ਚੰਗਾ ਚੰਗਾ ਹੋਰ ਹੀ ਲੱਗ ਜਾਂਦਾ। ਆ ਲੈ ਰੋਟੀਆਂ ਧਰਤੀਆਂ 8-10, ਆ ਦੁੱਧ ਇੰਨਕ ਬਹੁਤ ਹੈ ਬਹੁਤ ਹੈ। ਚਟਣੀ ਧਰਤੀ ਨਾਲ, ਹੁਣ ਸਾਗ ਨਹੀਂ ਧਰਿਆ। ਹੋਰ ਕੁਛ ਚਾਹੀਦਾ ਤਾਂ ਦੱਸ ਦੱਸ ਹੋ ਲਿਆ ਕਰ ਮਾੜਾ ਮੋਟਾ। ਉਹ ਹੁਣ ਹੈ ਨਹੀਂ ਸੀ, ਹੈ ਨਹੀਂ ਦੀ ਨਾਲੇ ਮਾੜਾ ਮੋਟਾ ਹੱਥ ਪਲਾ ਲੈ ਲਿਆ ਕਰ। ਬੱਬੂ ਮੇਰੇ ਮੁੰਡਿਆ ਕਰ ਹਰਮਨ ਨੂੰ ਟੈਲੀਫੋਨ, ਮੇਰਾ ਤਾਂ ਟੈਲੀਫੋਨ ਨਹੀਂ ਪੁੱਤ ਚੁੱਕਦਾ। ਕਰ ਦੂੰਗਾ ਕੋਈ ਨਾ, ਕਰ ਦੂੰਗਾ ਨੀ ਤੂੰ ਕਰ ਪੁੱਤ। ਤੇਰਾ ਬਾਪ ਉੱਥੇ ਵੱਗ ਗਿਆ ਫਿਰ ਉੱਥੇ ਬੋਲੂਗਾ ਉੱਚਾ ਨੀ, ਮਾਂ ਰਿਸ਼ਤੇਦਾਰੀ ਟੁੱਟੂਗੀ ਪੁੱਤ ਆਪਣੀ। ਉਹ ਕਰਿਆ ਤੀਗਾ ਮੈਂ, ਉਹਨੂੰ ਚੱਕਿਆ ਨੀ ਹੈਗਾ ਉਹਨੇ। ਕੁੜੀ ਨੂੰ ਲਾ ਲਾ ਫਿਰ, ਕੁੜੀ ਨੂੰ ਲਾ ਲੂੰਗਾ ਕੋਈ ਨਾ, ਮੈਂ ਹਰਮਨ ਨੂੰ ਹੀ ਲਾ ਲੂੰਗਾ ਫਿਰ ਜੀ ਚੱਕ ਲਿਆ ਉਹਨੇ। ਚੱਲ ਉਹਨੂੰ ਕਹਿ ਆਥਣੇ ਆ ਕੇ ਜਾਵੇ। ਚੰਗਾ ਤੂੰ ਰੋਟੀ ਰੋਟੀ ਖਾ ਲਾ ਨਾਲੇ ਕੱਪੜੇ ਬਦਲ ਲਾ। ਕੋਈ ਨਾ ਪ੍ਰੀਤ ਕਦੋਂ ਕਹੂ ਆ ਜਾਊਗੀ, ਕੋਈ ਨੀ ਉੱਠ ਕੇ ਕੱਪੜੇ ਬਦਲ। ਚੰਗਾ ਨਹਾਉਣਾ ਮੈਂ ਤਾਂ, ਲਿਬੜੇ ਪਏ ਨੇ ਕੱਪੜੇ। ਪਾਣੀ ਧਰਦਾ ਗਰਮ ਧਰ ਦੇ, ਤੱਤਾ ਧਰ ਦਿੰਦੀ ਆ। ਹੋਰ ਵੀ ਜਥੇਦਾਰ ਕਿਵੇਂ ਆ? ਹੋਰ ਵਧੀਆ, ਹਾਂ ਤੂੰ ਦੱਸ। ਵਧੀਆ, ਕੀ ਕਹਿੰਦੀ ਆ ਹਵਾ? ਹਵਾ ਤਾਂ ਭਾਵੇਂ ਲੈਦੀ ਠੰਡੀ ਚੱਲਦੀ ਹੈਗੀ, ਹੱਡ ਠਾਰਦੀ ਜਾਂਦੀ ਹੈ। ਆ ਮਹਾ ਕੁਛ ਬਣੂਗਾ ਕਿ ਨਹੀਂ? ਕਾਹਦਾ? ਪਾਰਟੀ ਦਾ ਆਪਣੀ ਦਾ। ਪਾਰਟੀ ਦਾ ਬਣੂਗਾ ਕਿਉਂ ਨੀ? ਪਾਰਟੀ ਮੈਂ ਕਿਹੜਾ ਦੇਖੀ, ਆਉਣ ਵਾਲੇ ਸਮੇਂ ਦੇ ਵਿੱਚ ਬਹੁਮਤ ਲੈ ਕੇ ਜਿੱਤੂ ਪਾਰਟੀ। ਗੌਰ ਕਰੀ ਆਪਣੇ ਪਿੰਡ ਦੀ ਵੀ, ਹੈਂ ਗੌਰ ਕਰੀ ਮਹਾ ਆਪਣੇ ਪਿੰਡ ਦੀ। ਆਪਣਾ ਪਿੰਡ ਤਾਂ ਮੇਰੇ ਧਿਆਨ ਚ ਹੀ ਹੈ। ਆਪਣੇ ਪਿੰਡ ਦਾ ਦੇਖ, ਪਹਿਲਾਂ ਤਾਂ ਪਹਾੜਾ ਜਿਹੜਾ ਉਹ ਪੱਕਾ ਕਰਨਾ, ਦੂਜੀ ਗਲੀਆਂ ਚ ਆਪਾਂ ਚੈਪਸ ਲਾਉਣੀ ਹੈ। ਨੌਕਰੀ ਨੌਕਰੀ ਵੀ ਦਵਾ ਦੀ ਕਿਸੇ ਮੁੰਡੇ ਹੁੰਡੇ ਨੂੰ ਰੇ। ਕੋਈ ਗੱਲ ਨੀ ਕੋਈ ਗੱਲ ਨੀ, ਆਪਣਾ ਪਿੰਡ ਤਾਂ ਗੌਰ ਚ ਹੀ ਹੈ ਮੇਰੇ। ਨਾ ਆਪਣੇ ਪਿੰਡ ਦਾ ਨੀ ਕਰਾਂਗੇ, ਹੋਰ ਕੀ ਦਾ ਕਰਾਂਗੇ ਆਪਾਂ। ਗੱਲ ਕਰਦੇ ਹਾਂ ਪਾਰਟੀ ਦੀ, ਫੋਨ ਆ ਇੱਕ ਮਿੰਟ ਮੈਂ ਆਉਣਾ। ਚੰਗਾ ਹਾਂ ਹੈਲੋ, ਸਤਿ ਸ਼੍ਰੀ ਅਕਾਲ, ਹੋ ਠੀਕ ਹੈ? ਹਾਂ ਮੈਂ ਠੀਕ ਹਾਂ, ਤੁਸੀਂ ਠੀਕ ਹੋ? ਹਾਂ ਵਧੀਆ ਵਧੀਆ, ਹੋਰ ਸੁਣਾ ਕੀ? ਹਾਂ ਮੈਂ ਠੀਕ ਹਾਂ, ਕੀ ਕਰਦੇ ਸੀ? ਕੁਛ ਨਹੀਂ, ਮੈਂ ਤਾਂ ਗਿਆ ਹੋਇਆ ਸੀ ਪੱਠਣ ਨਾਲ, ਗਿਆ ਹੋਇਆ ਸੀ ਇੱਥੇ ਚੰਡੀਗੜ੍ਹ ਤੱਕ। ਅੱਛਾ ਪੱਠਣ ਤੱਕ? ਹਾਂ ਤੁਸੀਂ ਐਂ ਕਰੋ ਫਿਰ ਮੈਂ ਬਾਅਦ ਵਿੱਚ ਫੋਨ। ਨਾ ਨਾ ਹੈਲੋ, ਨਾ ਨਾ ਉਹ ਤਾਂ ਗਈ ਹੋਈ ਆ, ਉਹ ਤਾਂ ਮਾੜਾ ਸਮਾਨ ਸਾਪਾ ਜਿਹਾ ਲੈਂਦੀ ਫਿਰਦੀ ਹੈ। ਹਾਂ ਮੇਰੇ ਕੋਲ ਨਹੀਂ ਹੈ ਹੁਣ। ਹਾਂ ਹੋਰ, ਹਾਂ ਹੋਰ ਪਤੌੜਾ ਆ ਗਿਆ ਹਜਮ ਤੇਰੇ, ਪਤੌੜਾ ਤਾਂ ਹੋ ਗਿਆ, ਤੇਜ਼ਾਬ ਤਜੂਬ ਤਾਂ ਨਹੀਂ ਬਣਿਆ? ਮੇਰੇ ਨਹੀਂ ਜੀ, ਤੇਰੇ ਅੰਬਰ ਬਣ ਗਿਆ। ਦੱਸ ਦੀ ਦੇ ਦੂੰ ਕੜ ਤੂੰ ਵਾਲੀ ਪੱਕੀ, ਹੋਰ ਹੜ ਹੁੜਾ ਪਾ ਕੇ ਵਧੀਆ ਤਿਆਰ ਕਰੀ ਹੋਈ ਹੈ। ਹੋਰ ਸੁਣਾ ਵਧੀਆ? ਪੂਰੇ ਨੂੰ ਤਾਂ ਨਹੀਂ ਹੁੰਦਾ ਲੱਗਿਆ ਮਾੜਾ ਮੋਟਾ ਪਣਕ ਪੁਣਕ? ਪੁੱਛਦਾ ਸੀ ਆ ਕੀ ਲੱਗਾ, ਮੈਂ ਕਿਹਾ ਉਦਾਂ ਕੁਛ ਨੀ ਬਸ।
ਮੈਂ ਤਾਂ ਗੱਲ ਸੰਭਾਲ ਗਈ, ਨਹੀਂ ਤਾਂ ਪੰਗਾ ਪੈ ਜਾਣਾ ਸੀ ਕੋਈ। ਕੋਈ ਨਾ ਕੋਈ ਨਾ, ਕਹਿੰਦੀ ਕਹਿੰਦੇ ਕਟਾਉਂਗੀ ਸੂਹੇ ਨੇ ਮੇਰੇ ਬੁੱਲਾ, ਐਂ ਕੀ ਹੁੰਦਾ ਹੈ ਹੋਰ, ਐਂ ਨਾ ਤੂੰ ਘਾਬਰਿਆ ਕਰ। ਹੁਣ ਕਿੱਦੇ ਬੈਲੀ ਹੈ ਬਈ? ਹਜੇ ਨਹੀਂ, ਐਵੇਂ ਦੋ ਚਾਰ ਦਿਨ ਰੁਕ ਜਾਓ, ਹੈਗੀ ਤਾਂ ਮੈਂ ਬੈਲੀ ਹਾਂ, ਐਵੇਂ ਜਵਾਕਾਂ ਨੂੰ ਸ਼ੱਕ ਹੋ ਜਾਊਗਾ, ਤੁਹਾਨੂੰ ਪਤਾ ਹੀ ਆ। ਸ਼ੱਕ ਨੂੰ ਕੀ ਹੁੰਦਾ ਹੈ, ਸ਼ੱਕ ਨੂੰ ਆਪਾਂ ਪਤਾ ਲੱਗਣ ਦੇਣਾ। ਮੈਂ ਤਾਂ ਹੁਣ ਸੱਚ ਹੈਂ ਦੱਸਾਂ ਤੈਨੂੰ, ਐਲਟੋ ਦਾ ਉਹ ਲਵਾ ਲੈਂਦੀਆਂ, ਉਹ ਕਾਲੀਆਂ ਜਾਂ ਜਾਲੀਆਂ ਜਾਂ ਵੀ ਲਵਾ ਲੈਂਦੀਆਂ। ਮੈਂ ਕਿਹਾ ਤੂੰ ਕਹਿੰਦੀ ਸੀ, ਕਹਿੰਦੀ ਵੀ ਪਿੰਡ ਪੁੰਡ ਦਾ ਨਾ ਦੇਖ ਲੈ। ਅੱਛਾ, ਕਾਲੀਆਂ ਜਾਲੀਆਂ ਲਵਾ ਲਈਆਂ? ਹਾਂ, ਕਾਲੀਆਂ ਜਾਲੀਆਂ ਜਾਂ ਲਵਾ ਲੈਂਦੀਆਂ ਮੈਂ। ਉਹ 'ਚ ਪਤਾ ਨਹੀਂ ਲੱਗਦਾ ਕੌਣ ਕੌਣ ਬੈਠੇ। ਮੈਂ ਪੱਠਲਕੇ ਵਾਲੀ ਗੱਡੀ 'ਚ ਲੱਗੀਆਂ ਹੋਈਆਂ ਦੇਖੀਆਂ, ਕਹਿੰਦੀ ਆਹ ਲਵਾ ਲਾ ਸਰੂਪ। ਮੈਂ ਕਿਹਾ ਕਿੰਨੇ ਕਦੀ ਆਉਂਦੀਆਂ ਨੇ? ਕਹਿੰਦੀ ਸਸਤੀਆਂ ਆ ਜਾਂਦੀਆਂ ਨੇ ਉੱਥੇ ਵੇਚਦਾ, ਅਤੇ ਕੋਈ ਲਾ ਲਈਆਂ ਮੈਂ। ਅੱਛਾ, ਕੀ ਵੱਢਣਾ ਕੰਮ, ਕੀ ਸੋਚਿਆ, ਕੀ ਹੋਇਆ ਤੁਹਾਨੂੰ? ਬਸ ਕੁਛ ਨਾ ਕੁਛ ਤਾਂ ਕਰਾਂਗੇ, ਪੈਸੇ ਕੰਨਿਓ ਹੱਥ ਥੋੜਾ ਜਿਹਾ ਟਾਈਟ ਹੈ। ਅੱਛਾ, ਕੋਈ ਨਾ, ਮੇਰੀ ਗੱਲ ਸੁਣ। ਹੈਲੋ, ਹਾਂ, ਜੇ ਤਾਂ ਊਂ ਲੋੜ ਆ ਦੇਖ, ਕਿਸੇ ਪਾਸੋਂ ਕਹਿ ਕਹਾਉਣਾ ਹੈ ਤਾਂ ਉਹ ਕਹਾ ਦਿੰਦਾ ਕੰਮ ਹੈ। ਹੈਂ, ਬਥੇਰੀ ਬਣਦੇ ਆ ਹੁਣ ਤਾਂ ਸੁੱਖ ਨਾਲ, ਕੋਈ ਗੱਲ ਹੀ ਨਹੀਂ। ਕੋਈ ਨਾ, ਮੇਰੀ ਫਿਰ ਤੂੰ ਸੋਚਾਂ 'ਚ ਕਿਉਂ ਪਈ ਆ? ਗੱਲ ਆ ਕੀ ਸੋਚਾਂ ਵਾਲੀ? ਹੈਂ, ਤੂੰ ਭੈਣ ਦਾ ਰਾਮ ਸਰੂਪ ਦੇ ਹੁੰਦੇ ਹੋਏ ਵੀ ਸੋਚ ਕਰੀ ਜਾਂਦੀ ਹੈਗੀ, ਕਾਹਦੀ ਸੋਚਾ ਤੈਨੂੰ? ਹੈਂ, ਪਰਮਾਤਮਾ ਨੇ ਦਿੱਤਾ ਸਾਰਾ ਕੁਛ ਹੈ, ਹੁਣ ਤਾਂ ਉਈ ਵਾਹਿਗੁਰੂ ਨੇ ਬਾਂਹ ਫੜ ਲਈ ਆਪਣੀ। ਹੈਂ, ਫਿਰ ਲੋੜ ਪਈ ਤਾਂ ਅਸੀਂ ਤੁਹਾਨੂੰ ਹੀ ਕਹਿਣਾ ਹੱਥਾਂ 'ਚ ਰੱਖ। ਮੇਰੀ ਗੱਲ ਸੁਣ ਲੈ, ਰਾਮ ਸਰੂਪ ਕਰਕੇ ਤੂੰ ਹਨਾ ਜਮਾਂ ਪਰਵਾਹ ਨਾ ਕਰ, ਤੂੰ ਪੈਸੇ ਕਰਕੇ ਥੋੜੂ ਜੁੜੀਆ ਰਾਮ ਸਰੂਪ ਨਾਲ, ਇਹ ਦੱਸ ਮੈਨੂੰ। ਮੋਹ ਪਿਆਰ ਹੁੰਦਾ ਹੈ ਤਾਂ ਬੰਦੇ ਦਾ, ਫਿਰ ਅੱਧੀ ਰਾਤ ਨੂੰ ਕਹੇ ਅੱਧੀ ਰਾਤ ਨੂੰ, ਦਿਨੇ ਕਹੇ ਦਿਨੇ, ਜਦੋਂ ਕਹੇਗੀ ਤੇਰੀ ਥੈਲੀ ਤੇ ਧਰ ਦੂੰਗਾ, ਜਿੰਨੇ ਕਹੇਗੀ ਓਨੇ ਧਰ ਦੂੰਗਾ। ਹੋਰ ਦੱਸ, ਹੱਥਾਂ 'ਚ ਰੱਖਿਓ, ਕੋਈ ਬਾਹਰ ਖੜਕਾਉਂਦਾ, ਇੱਕ ਮਿੰਟ ਖੜਿਓ, ਇੱਦੇ ਰੱਖਿਓ ਫੋਨ, ਐਂ ਕਰਿਓ ਤੁਸੀਂ। ਚੱਲ ਮੇਰੀ ਗੱਲ ਸੁਣ, ਹੈਲੋ, ਪਰਸੋਂ ਤੱਕ ਮਾਰੂੰ ਗੇੜਾ ਫਿਰ ਮੈਂ। ਹਾਂ ਹਾਂ, ਚੱਲ ਚੰਗਾ, ਚੱਲ ਭੈਣ ਦਾ। ਹੁਣ ਤਾਂ ਤਰਾਲੀਆਂ ਪਿੰਨੀਆਂ ਵੀ ਦੋ ਕਰੇਗੀਆਂ, ਨਿਬੜਨ ਤੋਂ ਪਹਿਲਾਂ ਮੈਂ ਕਹਿਣਾ ਇਹਦਾ ਗੰਡਾ ਜਾਂ ਕਰ ਤੂੰ ਪੂਰਾ। ਪਕਾ ਲਊਗਾ ਉਹ, ਤੂੰ ਆਜਾ ਬਾੜੀ ਕਰਕੇ। ਹੋਰ ਹੈਂ, ਮੇਰੇ ਨਾਲ ਚੱਲੋ ਓਏ, ਆ ਸੂਲਰ ਵਾਲੀ ਉੱਤੇ ਨਹਿਰ ਤੇ ਵਾਧੂ ਲੱਕੜਾਂ ਪਈਆਂ ਨੇ, ਭੈਣ ਮਰਾ ਵੀ ਟਰਾਲੀ ਭਰ ਲਿਆਉਣਿਆ, ਸਿਆਲ ਸਿਆਲ ਤਾਂ ਸੇਕਾਂਗੇ। ਹੈਂ, ਹੋਰ ਕੀ, ਤੁਸੀਂ ਆ ਭੈਣ ਦਾ ਤੇ ਮੱਥਾ ਮਾਰੀ ਜਾਂਦੇ ਉਹਦੇ ਨਾਲ, ਕੀ ਆ ਇਹ 'ਚ ਬਰੂਦਾ ਜਾ ਸਾੜਾ। ਹੋਰ 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 ਬਾਈ, ਪਤਾ ਭੈਣ ਦਾ ਪੋਚ ਤਾਂ ਹੱਡ ਹੋਈ ਨੀ ਮੇਰੇ ਸਾਈਡ ਦੇ ਠੜੇ ਹੋਏ। ਹੈਂ ਭੈਣ, ਨੱਚੀ ਜੋ ਨਰਾਲੇ ਨਾਲ, ਉਹਨੂੰ ਦਿਲ ਵੀ ਦੇਵਾਂਗੇ, ਅੱਜ ਨੱਚ ਲੈ
ਨੱਚ ਲੈ ਹੜਾ ਨੀ ਹਜਾ ਨੱਚ ਲੈ ਜਪ ਨਾਮ ਚਾਚੀ ਹਜਾ ਵਗੜਾ ਹਜਾ ਹੈਗੀ ਆ ਚਾਚੀ ਘਰੇ ਅੱਜ ਤਾਂ ਜਪ ਨਾਮ ਭਾਈ ਠੀਕ ਆ ਚਾਚੀ ਠੀਕ ਆ ਤੂੰ ਸੁਣਾ ਵਧੀਆ ਚਾਚੀ ਠੰਡ ਬਾਲੀ ਹੋ ਰਹੀ ਆ ਹਨਾ ਹੋਰ ਰਜਾਈ ਚ ਬੈਠੀ ਸੀ ਅੰਦਰ ਹੈ ਹੋਰ ਬਹਿ ਜਾ ਹੋਰ ਵਗੜਾ ਠੀਕ ਆ ਚਾਚੀ ਹੋਰ ਸਿਹਤ ਠੀਕ ਆ ਤੇਰੀ ਠੀਕ ਹੈ ਜਵਾਕ ਜੱਲੇ ਠੀਕ ਨੇ ਠੀਕ ਨੇ ਚਾਚੀ ਬਸ ਆਇਆ ਫੋਨ ਫਾਨ ਫੋਨ ਤਾਂ ਆ ਜਾਂਦਾ ਚਾਚੀ ਮੈਂ ਘੱਟੀ ਗੱਲ ਕਰਦਾ ਚਾਚੀ ਕਿਉਂ ਹਾਂ ਮਹਾ ਐਵੀ ਫਿਰ ਉਹਦਾ ਕੱਲ ਨੂੰ ਮਨ ਨਾ ਲੱਗੇ ਕਹੇ ਵੀ ਮੈਂ ਪਿੰਡ ਨੂੰ ਜਾਣਾ ਹੁਣ ਬਾਬੇ ਲਵੇ ਹੈਗੀ ਆ ਬੈਠੀ ਆ ਉੱਥੇ ਵਧੀਆ ਚੱਲ ਭਾਈ ਸਤਸੰਗ ਤੇ ਚਾਚੀ ਆਈ ਨਹੀਂ ਕੱਲ ਫਿਰ ਮੈਂ ਵੀ ਬਸ ਕੱਲ ਕੰਮ ਜਿਹਾ ਗਈ ਸੀ ਕਿਤੇ ਕੀ ਕੰਮ ਤੀ ਚਾਚੀ ਇਹ ਜਾ ਪੈਲਸਣ ਦਾ ਪੈਲਸਣ ਲਵਾਉਣੀ ਆ ਅੱਛਾ ਚਾਚੀ ਚੱਲ ਸਰਕਾਰੀ ਪੈਸਾ ਕਾਹਨੂੰ ਛੱਡਣਾ 2500 ਰੁਪਇਆ ਮਹੀਨੇ ਦਾ ਆ ਜਾਇਆ ਕਰੂਗਾ ਤੈਨੂੰ ਪਤਾ ਹੀ ਆ ਚਾਚੀ 2500 ਰੁਪਏ ਪਿੱਛੇ ਦੇਖ ਲਾ ਸਤਸੰਗ ਲੰਘਾ ਦੀ ਤਾਂ ਕਰੋੜਾਂ ਦੇ ਬਾਅਦ ਲੰਘਾ ਦੇ ਤਾਂ 2500 ਪਿੱਛੇ ਹੈਂ ਵੜ ਗਈ ਨਾ ਉਹੀ ਦੁਨਿਆਵੀ ਕੰਮਾਂ 'ਚ ਮੋਹ ਮਾਇਆ ਨੇ ਮਾਰ ਲਿਆ ਚਾਚੀ ਦੇਖ ਲੈ ਤੈਨੂੰ ਵੀ ਮੋਹ ਮਾਇਆ ਨੇ ਕਾਹਨੂੰ ਮਾਰ ਲਿਆ ਮੈਂ ਕਿਹਾ ਚੱਲ ਉਮਰ ਹੋਈ ਉਹ ਲਵਾ ਲੈਂਦੀ ਹਾਂ ਉਹ ਤਾਂ ਠੀਕ ਹੈ ਚਾਚੀ ਇਹੋ ਜਿਹੇ ਕੰਮ ਤਾਂ ਆਪਾਂ ਵਾਂਗਰ ਮੂਹਰੇ ਵੀ ਕਰ ਸਕਦੇ ਹਾਂ ਹੁਣ ਸਤਸੰਗ ਇਕੱਠ ਪਤਾ ਕਿੰਨਾ ਦੀ ਚਾਚੀ ਓਹੋ ਸੰਗਤ ਦੇਖਣ ਵਾਲੀ ਦੀ ਚਾਚੀ 3-4 ਹਜ਼ਾਰ ਬੰਦਾ ਦੀ ਹੋਰ ਹੁਣ ਬਾਲ ਐਨ ਧੁਰੋਂ ਬਾਬਾ ਜੀ ਦੇ ਬਚਨ ਚੱਲਦੇ ਦੀ ਐਡੀਆਂ ਐਡੀਆਂ LCDਾਂ ਲੱਗੀਆਂ ਹੋਈਆਂ ਚੱਲ ਰਹਿ ਗਈ ਚਾਚੀ ਤੂੰ ਤਾਂ ਚੱਲ ਭਾਈ ਕਰ ਮਾੜੇ ਅੱਛਾ ਪ੍ਰੀਤ ਗਈ ਸੀ ਹਾਂ ਪ੍ਰੀਤ ਤਾਂ ਗਈ ਸੀ ਵਿਚਾਰੀ ਸੁਣਿਆ ਉਹਨੇ ਸਤਸੰਗ ਸਤਸੰਗ ਦੇ ਚਾਚੀ ਫਿਰ ਸਾਡਾ ਧਿਆਨ ਨਹੀਂ ਦੀ ਅਸੀਂ ਤਾਂ ਸਾਰਾ ਕੰਟਰੋਲ ਕਰਦਾ ਦੀ ਕੰਮ ਉਹ ਸੇਵਾ ਸੁਭਾ ਕਰਦੀ ਫਿਰਦੀ ਦੀ ਮੈਂ ਦੇਖੀ ਦੀ ਚੱਲ ਵਧੀਆ ਤਰ ਜੂਗੀ ਚੱਲ ਭਾਈ ਸੇਵਾ ਕਰ ਲਈ ਮੇਰੇ ਲਈ ਇੰਨਾ ਹੀ ਬਹੁਤ ਹੈ ਹੌਲੀ ਹੌਲੀ ਸੁਣਨ ਲੱਗ ਪਊਗੀ ਸਤਸੰਗ ਨੋ ਮੈਂ ਤਾਂ ਲਿਖਿਆ ਤਾ ਪਿੰਨੀ ਪ੍ਰਸ਼ਾਦ ਵਾਲਿਆਂ 'ਚ ਅੱਛਾ ਉਹ ਭੈਣਾਂ ਕਹਿੰਦੀਆਂ ਉੱਥੇ ਕਹਿੰਦੀਆਂ ਫਿਰ ਉਰੇ ਲਿਆਉਣੀ ਪਊ ਪਿੰਨੀ ਪ੍ਰਸ਼ਾਦ ਐਂ ਨਹੀਂ ਹੈਗਾ ਵੀ ਆਪਾਂ ਘਰੇ ਲਿਆ ਕੇ ਦੇ ਦਾਂਗੇ ਨਾ ਵੀ ਉੱਥੇ ਲਿਆਉਣੀ ਪਊ ਚੱਲ ਕੋਈ ਨਹੀਂ ਹੌਲੀ ਉਹ ਰਾਤ ਨੂੰ 11-12 ਵਜੇ ਮਿਲਦਾ ਪਿੰਨੀ ਪ੍ਰਸ਼ਾਦ ਗੁਫਾ 'ਚ ਅੱਛਾ ਹੌਲੀ ਹੌਲੀ ਮੰਨ ਜੂਗੀ ਚੱਲ ਹਜੇ ਸੇਵਾ ਸੁਭਾ ਕਰ ਲੈਣ ਦੇ 1-2 ਵਾਰੀ ਜਾਊ ਹੌਲੀ ਹੌਲੀ ਜੁੜ ਜੂਗੀ ਹੋਰ ਫਿਰ ਬਾਬਾ ਜੀ ਨਰਾਲੇ ਬਾਬੇ ਦੇ ਕੀਤੇ ਦਰਸ਼ਨ ਹਾਂ ਐਨ ਵਧੀਆ ਦਰਸ਼ਨ ਹੋਏ LCDਾਂ ਲੱਗੀਆਂ ਹੋਈਆਂ ਦੀ ਵੱਡੀਆਂ ਕਰਮ ਚੰਗੇ ਨੇ ਭਾਈ ਗਾਹਾਂ ਤੋਂ ਨਾ ਚਾਚੀ ਇਹੋ ਜਿਹਾ ਕੰਮ ਕਰੀ ਇਹ ਤਾਂ ਦੁਨਿਆਵੀ ਕੰਮ ਨੇ ਇਹ ਤਾਂ ਮਗਰੋਂ ਵੀ ਹੋ ਜਾਣਗੇ ਆਹ ਕੀ ਲਾ ਬੈਠਾ ਹੈ ਲੈ ਬਾਬਾ ਜੀ ਦੀ ਫੋਟੋ ਜਪ ਨਾਮ ਬਾਬਾ ਜੀ ਇਹਦਾ ਚਾਚੀ ਸਾਰਿਆਂ ਨੂੰ ਦਿੱਤੇ ਨੇ ਐਤਕੀ ਜਿਹੜੇ ਮੂਹਰੇ ਸੇਵਾਦਾਰ ਨੇ ਜ਼ਿਲ੍ਹਾ ਪ੍ਰਧਾਨ ਹੈ ਜੇ ਮੈਂ ਬਲਾਕ ਪ੍ਰਧਾਨ ਆ ਅੱਛਾ ਹਾਂ ਆ ਇੱਕ ਤੇਰੇ ਵਾਸਤੇ ਵੀ ਲੈ ਕੇ ਆਇਆ ਮੇਰੇ ਵਾਸਤੇ ਆ ਦੇ ਅੱਛਾ ਜਿਹੜੇ ਮੁੱਖ ਸੇਵਾਦਾਰ ਨੇ ਨਾ ਮੁੱਖ ਸੇਵਾਦਾਰ ਹਾਂ ਆ ਦੇਖ ਆ ਲੈ ਗਾਹਾਂ ਨੂੰ ਇਹ ਤੇ ਲਿਖ ਕੇ ਵੀ ਆਊਗਾ ਸਰਜੀਤ ਕੌਰ ਮੁੱਖ ਸੇਵਾਦਾਰ ਨੀ ਅੱਛਾ ਇਹ ਲਾ ਕੇ ਰੱਖਿਆ ਕਰ ਜਪ ਨਾਮ ਇਹਨੂੰ ਤਾਂ ਤਰਸਦੇ ਨੇ ਜਪ ਨਾਮ ਤਰਸਦੇ ਨੇ ਲੋਕ ਵੀ ਜੇ ਇਹ ਮਿਲ ਜੇ ਜੈ ਨਰਾਲੇ ਬਾਬੇ ਦੀ ਸੁੱਚ ਲੱਗੀ ਹੋਈ ਆ ਮੋਟਰ ਦੀ ਹੈ ਸੁੱਚ ਲੱਗੀ ਹੋਈ ਆ ਹਾਂ ਆ ਗਈ ਲੈਟ ਆਊਗੀ ਆਥਣੀ ਜੇ ਆਈ ਨਹੀਂ ਹਲੇ ਨਾ ਐਂ ਕਰ ਓਏ ਚੱਕ ਕੇ ਚਾਬੀ ਜੀ ਨਾ ਕਿ ਪਿੱਛ ਕੱਸਦਾ ਇਹਦੀ ਹਵਾ ਘਟਾ ਦੇ ਕਿਹਦੀ ਇਹਦੀ ਕੱਲ ਹਵਾ ਲੈ ਕੇ ਤੇਲ ਤਾਂ ਲੈ ਕੇ ਪਾ ਦਾ ਚ ਮੈਂ ਕੋਈ ਨਾ ਕਢਾ ਕਦੇ ਹੌਲੀ ਹੋ ਜਾਂਦਾ ਤੇਜ਼ ਜਾ ਹੋ ਜਾਂਦਾ ਇਹ ਆਪ ਹੀ ਕਰ ਦੂੰ ਮੈਂ ਮਾੜਾ ਮੋਟਾ ਕੰਮ ਧੰਦਾ ਦੇਖ ਲਾ ਪੁੱਤੋ ਇਹ ਕੰਮ ਧੰਦੇ ਭਾਪੇ ਹੈ ਹੀ ਨਹੀਂ ਦਸੰਬਰ ਦੇ ਤਾਂ ਦਿਨ ਚੱਲੀ ਜਾਂਦੇ ਨੇ ਕੈਨੇਡਾ 'ਚ ਵੀ ਨਹੀਂ ਹੈਗੇ ਕੰਮ ਤਾਂ ਕੀ ਕਰਨਾ ਉਹ ਕੁੜੀ ਹੈਗੀ ਉੱਥੋਂ ਵਿਚਾਰੀ ਉਹਦਾ 2-2.5 ਲੱਖ ਰੁਪਇਆ ਲੈ ਕੇ ਭੱਜ ਗਿਆ ਕੋਈ ਲਾਈਟਾਂ ਦਾ ਕੰਮ ਕਰਦੀ ਤੀ ਕੈਨੇਡਾ 'ਚ ਬਹੁਤ ਬੁਰਾ ਹਾਲ ਇੱਥੇ ਕਿਹੜਾ ਤੈਨੂੰ ਦੇਊਗਾ ਕੰਮ ਮੇਰੀ ਗੱਲ ਸੁਣ
ਮੇਰੇ ਕੋਲ ਇੱਕ ਸਕੀਮ ਹੈ। ਕੀ ਆ? ਦੇਖ ਨਾ ਤਾਂ ਗੁੱਸਾ ਕਰਨ ਦੀ ਲੋੜ ਆ ਚਾ, ਮੈਂ ਤਾਂ ਕੀ ਕਰਨਾ ਬਸ ਤੇ ਗੁੱਸਾ ਉੱਚਾ ਬੋਲਣ ਦੀ ਲੋੜ ਹੈ। ਮੈਂ ਤੇਰੇ ਨਾਲ ਤਾਰ ਆਇਆ ਕਰਦਾ ਪੁੱਤ, ਵੀ ਤੇਰਾ ਕੁਛ ਨਾ ਕੁਛ ਬਣ ਜੇ ਮਾੜਾ ਮੋਟਾ, ਹੈ ਨਾ। ਦੇਖ ਮੇਰੀ ਗੱਲ ਸੁਣ, ਪਤਾ ਨਹੀਂ 5-7 ਸਾਲ ਹੈਗਾ ਪਤਾ ਨਹੀਂ ਨਾ ਹੈਗਾ, ਐਵੇਂ ਇੱਥੇ ਰੁਲਦੇ ਫਿਰੋਂ ਕੀ ਫਾਇਦਾ। ਮੈਂ ਕਹਿਣਾ ਵੀ ਠੀਕ ਆ, ਵਿਆਹ ਬਾਰੇ ਸੋਚੀ ਜਾਂਦਾ ਮੈਂ ਜਮਾਂ। ਆਪੇ ਯਾਰ ਹੁਣ ਨਹੀਂ ਮੈਂ ਕਰਾਉਂਦਾ ਵਿਆਹ ਵਿਊ, ਉਹ 70,000 ਰੁਪਇਆ ਲੈਣ ਲੱਗ ਗਏ, ਉਹ ਤਾਂ ਤੁਸੀਂ ਮੰਨੇ ਨਹੀਂ, ਮੂਣਕ ਲੱਗੀ ਹੋਈ ਆ ਹੁਣ ਅਗਲੀ। ਉਹ ਤਾਂ ਅਗਰੇ ਸਪਰੇ ਪੀਨਾ, ਮੈਂ ਫਲਾਣਾ ਪੀਣਾ, ਪੀ ਲਓ ਸਪਰੇ। ਹਾਂ ਮਸਾਂ ਆਪ ਟ੍ਰਿਪ ਉਹ ਕਰੀ ਤੀਗੀ ਪੱਟੀ ਦੀ। ਮੈਂ ਤੈਨੂੰ ਤੇਰੇ ਵਿਆਹ ਦੀ ਗੱਲ ਨਹੀਂ ਕਰਦਾ ਹੈਗਾ, ਹੋਰ ਕਿਹਦੇ ਦੀ ਕਰਦਾ, ਤਿੰਨੇ ਭੈਣਾਂ ਦੇ ਹੋ ਗਏ, ਹੋਰ ਕਿਹਦੇ ਦੀ ਕਰਨਾ। ਮੈਂ ਤੈਨੂੰ ਐਂ ਕਹਿਣਾ, ਮਾੜਾ ਜਿਹਾ ਠੰਡੇ ਸੁਭਾਅ ਨਾਲ ਸੋਚੀ ਗੱਲ, ਕਿੱਲੇ 10 ਆਉਂਦੇ ਨੇ ਪੁੱਤ। ਆਪੇ ਯਾਰ ਹੁਣ ਨਹੀਂ ਕਰਾਉਣਾ ਯਾਰ, 10 ਆਉਣ ਚਾਹੇ 20 ਆਉਣ। ਮੇਰੀ ਪਹਿਲਾਂ ਧਿਆਨ ਨਾਲ ਗੱਲ ਸੁਣ ਲੈ, ਫਿਰ ਤੂੰ ਜਿਵੇਂ ਵਿਚਾਰ ਕਰਨਾ ਉਵੇਂ ਮੈਨੂੰ ਦੱਸ ਦੀ, ਕੋਈ ਗੱਲ ਨਹੀਂ ਹੈ। ਚੱਲ ਦੱਸ, 10 ਕਿੱਲੇ ਜ਼ਮੀਨ ਦੇ ਉਹਨਾਂ ਨੇ, ਕੁੜੀ ਹੈ ਇੱਕ, ਹੈ ਕੁੜੀ ਦਾ ਆਪਾਂ ਵਿਆਹ ਕਰ ਦਾਂਗੇ। ਹੋ ਬਾਜ਼ਾਰ ਦਾ ਜੀ ਨਾ ਬਾਪੇ, ਬਸ ਸਿੱਧਾ ਦੱਸ ਕਿਵੇਂ ਕਿਹੜੀ ਕੁੜੀ ਹੈਗੀ, ਕਿੰਨੇ 10 ਕਿੱਲੇ ਕਿੱਥੇ ਆਉਂਦੇ ਨੇ। ਦੇਖ ਮੇਰੀ ਗੱਲ ਸੁਣ, ਸਾਰੀ ਜ਼ਿੰਦਗੀ ਬੰਦਾ ਕਮਾਈ ਕਰੀ ਚੱਲੇ, 10 ਕਿੱਲੇ ਬੰਦਾ ਮੁੱਲ ਲੈ ਨਹੀਂ ਸਕਦਾ ਹੈਗਾ, ਸਮਝ ਗਿਆ ਮੇਰੀ ਗੱਲ। 26-26 ਲੱਖ ਰੁਪਇਆ ਰੇਟ ਹੋਇਆ ਪਿਆ ਵਾਹਣ ਦਾ ਹੁਣ, 855 ਟਰੈਕਟਰ ਹੈ ਘਰੇ, 10 ਕਿੱਲੇ ਆਉਂਦੇ ਨੇ ਰੋਡ ਦੇ ਉੱਤੇ ਨੇ ਜਮਾਂ। ਕੀ ਦੇ ਇੱਕ, ਹਾਂ ਇੱਕ ਉਹਦੀ ਲੜਕੀ ਹੈ, ਲੜਕੀ ਵਿਆਹਣ ਯੋਗ ਹੈ, ਹੈਂ ਘਰ ਵਾਲਾ ਮਰਿਆ ਹੋਇਆ, ਨਾ ਉਹਦੇ ਕੋਈ ਮੁੰਡਾ। ਮੈਂ ਕਹਿੰਦੀ ਵੀ ਜੇ ਮੈਂ ਕਰ ਲਾਂ ਵਿਆਹ ਪੁੱਛਦੇ ਨਾ 3 ਮਹੀਨੇ ਕਿਵੇਂ, ਵੀ ਜੇ ਮੈਂ 3 ਮਹੀਨੇ ਵਿਆਹ ਕਰ ਲਾਂ। ਅੱਛਾ, ਹਾਂ ਸਾਡੇ ਸਿਰ 'ਚ ਪਾ ਦੇਖੇ, ਪਹਿਲਾਂ ਉਹਨੂੰ ਬੇਦਾਮੇ ਲਿਖਿਆ ਦੇ, ਫਿਰ ਕਰ ਲਈ ਵਿਆਹ। ਭੈਣ ਦੀ ਪਤਾ ਨਹੀਂ ਉਹਨੂੰ ਕੌਣ ਸਿੱਖਿਆ ਦਿੰਦਾ, ਤੇਰੇ ਸਿਵਿਆਂ 'ਚ ਲੱਤਾਂ ਨੇ ਤੇਰੀਆਂ, ਜਾਂਦੀ ਉਮਰੇ ਇੱਥੇ ਲਾਗੜ ਪਾਏਗਾ ਕੋਈ, ਸਾਨੂੰ ਬੇਦਾਵੇ ਕਰਾ ਦੇ ਬਈ, ਫੇਰ ਕਰ ਲਈ ਵਿਆਹ। ਮੇਰੀ ਗੱਲ ਸੁਣ, ਤੈਨੂੰ ਕੌਣ ਸਿਖਾਉਂਦਾ ਬਾ ਇਹ ਜੇ ਕੰਮ, ਸਿਖਾਉਂਦਾ ਕੋਈ ਕੋਈ ਸਾਨੂੰ ਲੋੜ ਨਹੀਂ ਬਈ, 10 ਕਿੱਲਿਆਂ ਦੀ ਤੇਰਿਆਂ ਦੀ ਇਹੋ ਜਿਹਾ ਕੁਛ ਕਰਤੂਤਾਂ ਕਰ, ਜ਼ਿੰਦਗੀ ਧੱਕੇ ਖਾਂਦੇ ਫਿਰ ਅਸੀਂ ਤਾਂ ਧੱਕੀ ਖਾ ਲਾਂਗੇ ਬਈ, ਅੰਬ ਬਦਨਾਮੀ ਥੋੜੀ ਹੈਗੀ, ਰਾਜਿੰਦ ਨੂੰ ਕਿਹਾ ਕਰਨਗੇ ਤੇਰੀ ਦੂਜੀ ਮੰਮੀ ਬਾਬੇ ਚੁੱਪ ਕਰਕੇ ਆ ਜਾਂ ਕੁਛ ਨਾ ਛੇੜਨ ਨਾਲ, ਤੈਨੂੰ ਮੈਂ ਦੱਸੋ ਜੇ ਕਿਸੇ ਨੂੰ ਪਤਾ ਲੱਗਣ ਦੇ, ਮੈਂ ਕਿਹਾ ਫੇਰ ਹੈ ਕਿਉਂ ਇਹਦਾ ਪਤਾ ਲੱਗਦਾ, ਭੈਣ ਦਾ ਖਸਮ ਪਤਾਲਾਂ ਚੋਂ ਗੱਲਾਂ ਪਤਾ ਲੱਗ ਜਾਂਦੀਆਂ ਨੇ। ਮੇਰੀ ਗੱਲ ਸੁਣ ਬੱਬੂ ਬੇਟਾ, ਵੀ ਜੇ ਤੂੰ ਕਹੇਗਾ ਵੀ ਪਾਪਾ ਉਹਦੇ ਲਾਲਚ ਵਾਸਤੇ ਵਿਆਹ ਕਰਾਉਂਦਾ, ਮੈਨੂੰ ਤਾਂ ਨੇਮੋ ਨੇਮ ਵਾਲੀ ਗੱਲ ਆ, ਮੈਨੂੰ ਜਮਾ ਕੋਈ ਲਾਲਚ ਨਹੀਂ ਪਾਪੇ, ਸਾਨੂੰ ਤਾਂ ਲੋੜ ਨਹੀਂ ਇਹ ਜੇ 10 ਕਿੱਲੇ ਦੀ। ਮੈਨੂੰ ਐ ਵੀ ਤੈਨੂੰ ਆਪ ਗੱਲ ਸੁਣ, ਐ ਠੰਡੇ ਮਤ ਨਾ ਸੁਣ, 5-7 ਲੱਖ ਕੁੜੀ ਦੇ ਵਿਆਹ 'ਤੇ ਲੱਗੂਗਾ, ਤੋਰ ਕੇ ਵਿਆਹ ਉਹਦੀ ਤੋਰਦਾ ਏ ਕੁੜੀ ਨੂੰ, ਹੈਂ ਮੈਂ ਆਪਾਂ ਇੱਥੇ ਪਿੰਡ 'ਚ ਲਿਆਉਂਦੀ ਨਹੀਂ, ਕਰੇਵਾ ਭਰਾ ਕੇ ਆਪਾਂ ਨੂੰ ਉੱਥੇ ਰੱਖਾਂਗੇ, ਤੂੰ ਭਾਈ ਆਪਦੇ ਘਰੇ ਰਹਿ, ਆਪਾਂ ਇੱਥੇ ਰਹਾਂਗੇ, ਮੈਂ 5-4 ਦਿਨ ਉੱਥੇ ਲਾਇਆ ਕਰੂੰ, 5-4 ਦਿਨ ਮੈਂ ਇੱਥੇ ਰਹਿ। ਬਾਬੇ ਮੇਰੀ ਗੱਲ ਸੁਣ ਲਾ, ਹੁਣ ਤਾਂ ਆਹ ਗੱਲ ਕਰਤੀ, ਅਗਲੀ ਵਾਰ ਨਾ ਮੇਰੇ ਲਵੇ ਕਰਦੀ, ਮੈਂ ਮਾਮਿਆਂ ਨੂੰ ਦੱਸੂੰਗਾ ਫਿਰ, ਨਾਲੇ ਬੁਲਾਉਂ ਫੁੱਫੜ ਨੂੰ, ਤੇਰੀ ਪਟਾਉਂ ਦਾੜੀ ਮੈਂ, ਪਤਾ ਨਹੀਂ ਤੈਨੂੰ ਕੌਣ, ਤੂੰ ਤੇਰੇ ਦਿਮਾਗ 'ਚ ਕਿਵੇਂ ਆਉਂਦੀਆਂ ਨੇ ਇਹੀਆਂ ਗੱਲਾਂ। ਤੂੰ ਮੇਰੀ ਗੱਲ ਸੁਣ, ਸਮਝਦੀ ਨਹੀਂ ਤੂੰ ਯਾਰ, ਤੂੰ ਮੈਂ ਤੇਰੀ ਮਾਂ ਕੋਲ, ਓ ਯਾਰ ਤੂੰ ਪਾਪੇ ਕੋਲੇ ਕਿਸੇ ਕੋਲੇ ਭਾਫ ਹੀ ਨਹੀਂ ਕੱਢਣੀ, ਨਾ ਤੇਰੇ ਮਾਮੇ ਕੋਲੇ ਭਾਫ ਕੱਢਣੀ ਹੈ, ਤੈਨੂੰ ਪਤਾ ਹੋਊਗਾ ਜਾਂ ਮੈਨੂੰ ਪਤਾ ਹੋਊਗਾ, ਚੁੱਪ ਕਰਕੇ ਕਚਹਿਰੀਏ ਤੇ ਆਪਾਂ ਕਰੇਵਾ ਭਰਾ ਲਿਆਵਾਂਗੇ। ਸੋਹਣਾ ਲੱਗਦਾ ਭਾਪੇ ਤੂੰ ਕਰੇਵਾ ਕਰੀ ਜਾਂਦਾ, ਭਾਪੇ ਯਾਰ ਸਾਡੇ ਲਵੇ ਨਹੀਂ ਆਈਆਂ ਗੱਲਾਂ ਕਰਨਾ, ਅਸੀਂ ਕਰਨ ਦਈਏ ਜੇ ਕਰੇਗਾ ਬਈ, ਆਪਦਾ ਘਰੋਂ ਬਾਹਰੇ ਨਿਕਲ ਜੇ ਨਹੀਂ ਸਾਨੂੰ ਕੱਢਦੀ, ਕਰਾ ਲਾ ਜਾ ਭਾਜਾ, ਪਰ ਸਾਡੇ ਘਰੇ ਨਾ ਬੜੀ, ਨਾ ਅਸੀਂ ਤੇਰੇ ਬੜੇ, ਅਸੀਂ ਮਰ ਗਏ, ਤੂੰ ਸਾਡੇ ਕਿਹੜੀਓ ਮਰ ਜੇ, ਅਸੀਂ ਤੇਰੇ ਕਿਹੜੀਓ ਮਰ ਜਾਂਗੇ। ਉਹੀ ਗੱਲ ਕਰਤੀ ਬੱਬੂ, ਮੇਰੀ ਤਾਂ ਚੱਲ ਮੰਨੀ ਗੱਲ ਵੀ ਮੈਂ ਤਾਂ ਕਰਵਾ ਸਕਦਾ, ਚੱਲ ਕੋਈ ਨਾ, ਮੇਰੀ ਤਾਂ ਉਮਰ ਹੈਗੀ ਆ, ਤੇਰਾ ਬਾਪ ਤੂੰ। ਮੈਂ ਉਹੀ ਕਹਿਣਾ ਬੇਟਾ ਵੀ ਤੇਰੀ ਉਮਰ ਪਈ ਆ ਐਸ਼ ਕਰਨ ਦੀ, ਫਿਰ ਭਾਵੇਂ ਵਿਆਹ ਨਾਲ ਕੀ ਐਸ਼ ਹੋਊ, ਐਸ਼ ਤੂੰ ਆਪਦੀ ਤੀਵੀ ਨਾਲ ਐਸ਼ ਕਰ, ਆਪਦੀ ਆਪਦੀ ਬਹੂ ਨਾਲ ਐਸ਼ ਕਰ, ਚੰਗੀ ਕਾਰ ਲੈ ਲਿਓ, ਚੰਗਾ ਲੈ ਲਿਓ ਆਪਦਾ ਮੋਟਰ ਹੈ ਬਾਪੇ, ਮੈਂ ਆਪਦੀ ਬਹੂ ਨਾਲ ਕਰ ਲਓ, ਤੂੰ ਮੇਰੀ ਬੀਬੀ ਨਾਲ ਕਰ ਲੈ, ਇਸ ਨੂੰ ਲੈ ਜਾ ਕਰ ਲੇਖ ਤੇ ਘੁਮਾਉਣਾ, ਤੈਨੂੰ ਰੋਕ ਲਿਆ ਸੀ, ਪਰ ਦੂਜੇ ਜਨਾਨੀ ਨਹੀਂ ਭਾਪੇ।
ਮੇਰੀ ਗੱਲ ਸੁਣ ਪੁੱਤ, ਮੈਂ ਆਪੀ ਮਿਹਨਤ ਕਰ ਲੂੰਗਾ, ਮੈਂ ਆਪੀ ਸਾਰਾ ਕੁਛ ਕਰ ਲੂੰ, ਮੈਂ ਤੈਨੂੰ ਘਾਟਾ ਨਹੀਂ ਪੈਣ ਦਿੰਦਾ ਬਾਈ। ਮੇਰਾ ਸਾਲਿਆ, ਜਿਹੜੇ ਤਾਂ ਪਹਿਲਾਂ ਘਾਟੇ ਵਾਧੇ ਕਰੇ ਨੇ ਜ਼ਿੰਦਗੀ 'ਚ, ਅਸੀਂ ਪੂਰੇ ਹੋਣਗੇ ਉਹ ਮਿਹਨਤਾਂ ਕਰਕੇ ਨਹੀਂ ਪੂਰੇ ਹੁੰਦੇ ਹੈਗੇ। ਆਖਰੀ ਮੌਕਾ ਮੈਂ ਤੈਨੂੰ ਦੱਸਤਾ, ਚਾਹੇ ਭਾਪੇ ਸੁਣ ਲੈ ਮੇਰੀ ਗੱਲ, ਜੇ ਉਹ ਤੀਮੀ ਨੇ ਕਿਤੇ ਹੋਰ ਵਿਆਹ ਕਰਾ ਲਿਆ, 10 ਕਿੱਲੇ ਬਾਗੇ ਲੈ, ਮੁੜ ਕੇ ਆਪਾਂ ਨੂੰ ਮੌਕਾ ਹੱਥ ਨਹੀਂ ਲੱਗਦਾ, ਇਹਦਾ ਕਦੇ ਤਾਂ ਕੋਈ ਉਹ ਅਕਾਲ ਪੁਰਖ ਦੀ ਕੋਈ ਨਿਗਾਹ ਹੋ ਗਈ, ਅਕਾਲ ਪੁਰਖ ਨੇ ਇਸ਼ਾਰਾ ਦੇ ਤਾ ਆਪਾਂ ਨੂੰ। ਭਾਪੇ ਤੈਨੂੰ ਮੈਂ ਦੱਸਤੀ ਗੱਲ, ਕਿਉਂ ਮੇਰਾ ਬਲੱਡ ਵਧਾਉਣਾ, ਮੇਰਾ ਬੀ ਪੀ ਵਧਾਉਣ ਲੱਗ ਗਿਆ। ਤੂੰ ਘਰੇ ਆਈ ਆਥਣੇ, ਕਰਾਂਗੇ ਤੇਰਾ ਡੋਲਾ, ਟਾਈਮ ਨਾਲ ਹੀ ਆ ਜੀ। ਬਾਬਾ ਕਾਸ਼ੀਪੁਰ ਹੀ ਜਾ ਗਿਆ? ਕਾਸ਼ੀਪੁਰ ਤਾਂ ਹੈਗਾ ਚਾਚੀ, ਪਰ ਹੁਣ ਜਾਊਗਾ ਉਹ, ਫਿਲਮ ਦੀ ਸ਼ੂਟਿੰਗ ਜੀ ਚੱਲਦੀ ਹੈਗੀ, ਫਿਲਮ ਬਣਾਊਗਾ ਬਾਬਾ। ਹੋਰ ਜਿਹੜਾ ਮਾੜੇ ਚੰਗੇ ਕੰਮ ਦੁਨੀਆਂ ਦੇ ਸਾਰੇ ਦਿਖਾਊਗਾ ਨਾ ਭਾਈ ਫਿਲਮ 'ਚ, ਵੀ ਕੀ ਚੱਲ ਰਿਹਾ ਦੁਨੀਆਂ 'ਤੇ, ਆਪਾਂ ਨੂੰ ਵੀ ਸੀਨ ਦੇਣਗੇ ਵਿੱਚ, ਜਿਹੜੇ ਮੇਨ ਸੇਵਾਦਾਰ ਨੇ ਚਾਚੀ, ਵੀ ਮੈਂ ਹੋ ਗਿਆ, ਮੈਂ ਤਾਂ ਪ੍ਰਧਾਨ ਹੀ ਹੋ ਗਿਆ, ਤੂੰ ਮੁੱਖ ਸੇਵਾਦਾਰ ਨਹੀਂ ਹੋ ਗਈ, ਆਪਣੇ ਸੀਨ ਪੱਕਾ ਪਾਊਗਾ ਬਾਬਾ। ਦੇਖ ਮੈਨੂੰ ਤਾਂ ਕਹਿੰਦਾ ਵੀ ਤੇਰਾ ਤਾਂ ਜਾਂ ਤਾਂ ਜਿਹੜੀਆਂ ਉੱਥੇ HF ਗਾਈਆਂ ਨੇ ਅਮਰੀਕਨ, ਉਹਨਾਂ ਨੂੰ ਕੱਖ ਕੁੱਖ ਪਾਉਂਦੇ ਦਾ ਪਾ ਦੂੰਗਾ, ਵੀ ਜਾਂ ਕੋਈ ਮੈਸ ਮੂਸ ਲਵਾਉਂਦੇ ਦਾ ਮੇਰਾ ਪਾ ਦੂਗਾ ਸੀਨ ਉਹ, ਹੈਂ, ਕਿਉਂਕਿ ਮੈਨੂੰ ਕੰਮ ਆਉਂਦਾ ਨਾ ਉਹ। ਤੇਰਾ ਤਾਂ ਚਾਚੀ ਜੇ ਤੂੰ ਮਨੋ ਧਾਰ ਲੈ ਨਾ ਜਮਾਂ ਦਿਲੋਂ, ਤੇਰਾ ਤਾਂ ਸੀਨ ਹੈ ਨਹੀਂ ਪਤਾ ਚਾਚੀ ਗੁਫਾ 'ਚ ਪੈ ਜੇ। ਹੋਰ ਹੁਣ ਅਸੀਂ ਤਾਂ ਬੰਦਿਆਂ, ਸਾਡੀ ਤਾਂ ਮਜਬੂਰੀ ਹੈ, ਨਹੀਂ ਪੈਂਦਾ, ਭੈਣਾਂ ਦਾ ਸੀਨ ਪਊਗਾ ਉੱਥੇ। ਚਲੋ ਭਾਈ ਜੇ ਮੇਰੇ ਕਰਮ ਚੰਗੇ ਹੋਏ ਤਾਂ ਜ਼ਰੂਰ ਬਾਬੇ ਦੇ ਦਰਸ਼ਨ ਹੋਣਗੇ, ਨਾਲੇ ਗੁਫਾ 'ਚ ਬਾਬੇ ਦੇ ਦਰਸ਼ਨ ਕਰ ਲਵਾਂਗੇ, ਨਾਲੇ ਗੁਫਾ ਦਾ ਨਜ਼ਾਰਾ ਦੇਖ ਲਵਾਂਗੇ। ਹੋਰ ਹੁਣ ਚਾਚੀ ਮਨੋ ਕਰਕੇ ਬਹਿ ਜਾ ਬਸ, ਇਹਦਾ ਤੂੰ ਕਰਦੀ ਤਾਂ ਮੈਂ ਮਨੋ ਹੀ ਆ ਬਗੜਾ, ਬਸ ਤੈਨੂੰ ਪਤਾ ਹੀ ਆ ਘਰ ਦੇ ਹਾਲਾਤ, ਇੱਕ ਤੇਰਾ ਚਾਚਾ ਹੱਥ, ਕੋਈ ਨਾ ਹੌਲੀ ਹੌਲੀ ਇਹ ਵੀ ਸੁਧਰ ਜੂ, ਹੁਣ ਆ ਲਾ ਲਾ ਬੱਬੂ ਦੇ ਘਰ ਵਾਲੀ ਤਾਂ ਜਾਣ ਲੱਗ ਗਈ, ਕਿਆ ਸੁਧਰਨਾ, ਇਹ ਨਹੀਂ ਸੁਧਰਦਾ। ਲੈ ਹਰਮਨ ਤੁਰ ਆਉਂਦਾ ਹੈ, ਹੋਰ ਚਾਚੀ ਦੇਖ ਲੈ ਗੱਭਰੂ ਹੋ ਗਿਆ ਹਨਾ, ਹੋਰ ਸਤਿ ਸ੍ਰੀ ਅਕਾਲ ਪੁੱਤੇ, ਲੈ ਸੋਹਣਾ ਲੱਗਦਾ ਜੱਚਦਾ ਹੈ ਪੱਗ ਨਾਲ, ਪਟਕੀ ਜੀ ਬੰਨੀ ਹੁੰਦੀ ਨਿਆਣਾ ਜਾ ਹੁੰਦਾ ਹੈ, ਬੈਠਾ ਹੈ। ਸਤਿ ਸ੍ਰੀ ਅਕਾਲ ਮੰਮੀ, ਸਤਿ ਸ੍ਰੀ ਅਕਾਲ ਭਾਈ, ਹੋਰ ਠੀਕ ਹੈ, ਠੀਕ ਹੈ, ਹਾਂ ਠੀਕ ਹੈ, ਸਾਰੇ ਵਧੀਆ। ਮੈਂ ਕੁਰਸੀ ਲਿਆਉਣੀ ਹੈ, ਮੈਂ ਚੱਕ ਲਿਆਉਣਾ ਕੋਈ 9 ਪਈਆ, ਮੈਂ ਚੱਕ ਲਿਆਉਣਾ, ਦੇਖ ਲੈ ਕਿੰਨਾ ਸਿਆਣਾ ਚਾਚੀ ਹਨਾ, ਹੋਰ ਬੈਠ ਪੁੱਤ, ਮੈਂ ਤੇਰੇ ਵਾਸਤੇ ਚਾਹ ਬਣਾਉਣੀ ਹੈ, ਤੁਸੀਂ ਕਰੋ ਗੱਲਾਂ। ਹੋਰ ਤੇਰਾ ਪਾਪਾ ਠੀਕ ਤੀ? ਵਧੀਆ ਜੀ, ਰਹਿਣ ਜਮਾ, ਹੋਰ ਤੁਸੀਂ ਠੀਕ ਹੋ? ਹਾਂ ਠੀਕ ਆ, ਮੈਂ ਤਾਂ ਕੀ ਕਰਦਾ ਹੁੰਦਾ ਫਿਰ ਅੱਜ ਕੱਲ੍ਹ? ਕੋਈ ਨਹੀਂ, ਮੈਂ ਤਾਂ ਪ੍ਰਾਈਵੇਟ ਕੰਪਨੀ 'ਚ ਨੌਕਰੀ ਜੀ ਕਰਦਾ। ਚੱਲ ਪ੍ਰਾਈਵੇਟ ਕਰੀ ਜਾ, ਹਲੇ ਪੋਸਟਾਂ ਪੁਸਟਾਂ ਭਰਦਿਆ ਕਰ, ਹੌਲੀ ਹੌਲੀ ਸਰਕਾਰੀ ਮਿਲ, ਲੋੜ ਹੀ ਨਹੀਂ ਪੋਸਟਾਂ ਪੁਸਟਾਂ ਦੀ, ਇਹੀ ਪ੍ਰਾਈਵੇਟ ਕੰਪਨੀ ਦੀ ਵਾਲੇ ਨਜ਼ਾਰੇ ਦੀ। ਕਿਉਂ ਸਰਕਾਰੀ ਵਰਗਾ ਨਜ਼ਾਰਾ ਨਹੀਂ? ਸਰਕਾਰੀ 'ਚ ਕੀ ਆ, ਬੰਦਾ ਤਨਖਾਹ 'ਤੇ ਬੰਨਿਆ ਜਾਂਦਾ, ਤੜਕੇ ਉੱਠ 9 ਵਜੇ ਜਾ, ਇੱਧਰ ਆਪਾਂ ਆਪਦਾ ਕੰਮ ਹੈ, ਪਰਸਨਲ ਕੰਮ ਨੇ ਸਾਰੇ, ਕੋਈ ਜਦੋਂ ਮਰਜ਼ੀ ਜਾ ਕੇ ਕਰੋ, ਫੋਨ 'ਤੇ ਵੀ ਹੁੰਦੀ ਆ ਸਾਡੀ ਕੰਪਨੀ ਸਾਰੀ, ਅਜੇ ਫੋਨ 'ਤੇ ਚੱਲ ਜਾਂਦਾ, ਫੋਨ ਤੋਂ ਚੱਲਦੇ ਨੇ ਸਾਰੇ ਕੰਮ। ਅੱਛਾ, ਹਾਂ ਜੀ, ਜਾ ਕੇ ਵੀ ਹੁੰਦੇ ਨੇ ਅਤੇ ਫੋਨ 'ਤੇ ਵੀ ਹੋ ਜਾਂਦਾ। ਪੈਸਾ ਤਾਂ ਸਰਕਾਰੀ 'ਚ ਹੀ ਵੱਧ ਬਣਦਾ, ਉਹਦਾ ਆਪਦੀ ਆਪਦੀ ਸੋਚ ਹੈ ਮਾਮੇ, ਜਿਵੇਂ ਮਰਜ਼ੀ ਹਿਸਾਬ ਲਾ ਲਓ। ਪ੍ਰਾਈਵੇਟ ਵੀ ਨਹੀਂ ਮਾੜੀ ਸਰ ਨੌਕਰੀ ਤਾਂ? ਨਾ ਨਾ, ਪ੍ਰਾਈਵੇਟ ਮਹਾ ਪ੍ਰਾਈਵੇਟ ਵਰਗਾ ਤਾਂ ਨਜ਼ਾਰਾ ਹੀ ਨਹੀਂ ਜੀ। ਮੈਂ ਛੋਟਾ ਮੈਨੇਜਰ ਲੱਗਿਆ ਹੋਇਆ ਨਾ ਕੰਪਨੀ 'ਚ। ਅੱਛਾ, ਮੈਨੇਜਰ ਬਣ ਗਿਆ? ਛੋਟਾ ਮੈਨੇਜਰ, ਹਾਂ ਜੀ, ਸੀਨੀਅਰ ਤੋਂ ਛੋਟਾ ਮੈਨੇਜਰ। ਅੱਛਾ, ਚੱਲ ਵਧੀਆ ਬਾਈ, ਮੈਨੇਜਰ ਤਾਂ ਮੈਨੇਜਰ ਹੀ ਹੁੰਦਾ ਹੈ, ਸਰਕਾਰੀ ਹੋਵੇ ਪ੍ਰਾਈਵੇਟ। ਪੈਸਾ ਮੋਟਾ ਬਣਦਾ, ਉਹ ਹੈ ਨਾ ਆਪਣੀ ਕੰਪਨੀ ਟੋਟੋ ਮੋਟੋ, ਸੁਣਿਆ ਹੋਊ ਤੁਸੀਂ ਨਾਮ? ਨਾ ਮੈਂ ਇਹਦਾ ਨਹੀਂ ਸੁਣਿਆ ਭਾਣ ਜਾ। ਸੁਣਿਆ ਨਹੀਂ? ਨਾ। ਟੋਟੋ ਕੀ ਹੈ, ਇਹਦੇ ਵਿੱਚ ਕੀ ਕਰਦੇ ਹੁੰਦੇ? ਇਹ ਤਾਂ ਬਿਜ਼ਨਸ ਕੰਪਨੀ ਹੈ, ਵੱਡੇ ਵੱਡੇ ਜਿਵੇਂ ਬਿਜ਼ਨਸਮੈਨ ਹੁੰਦੇ ਨੇ ਜੀ, ਜਿਵੇਂ ਅੰਬਾਨੀ ਹੋਰੀ ਹੋਵੇ, ਅਡਾਨੀ ਹੋਰੀ ਹੋਵੇ, ਇਹ ਪੈਸਾ ਲਾਉਂਦੇ ਨੇ, ਇਹ 'ਚ ਪੈਸਾ ਦੁੱਗਣਾ ਬਣਦਾ ਹੈ, ਬਿਜ਼ਨਸ 'ਚ ਲੋਕ ਜੋੜਦੇ ਹੁੰਦੇ ਨੇ ਅੱਗੇ ਅੱਗੇ। ਇੱਕ ਦਿਨ ਮੈਂ ਸੋਚਿਆ, ਮੈਂ ਇਹ ਕੰਮ ਕੀ ਕਰਦੇ ਨੇ,
ਇਹ ਅਸੀਂ ਪੈਸੇ ਲਾਉਂਦੇ ਹੋਣੇ ਫਿਰ ਮਹਾਂ ਖੇਤੀ ਇਹ ਨਹੀਂ ਕਰਦੇ ਦੇਖੇ ਕਦੇ ਫਿਰ ਉਹੀ ਤਾਂ ਗੱਲਾਂ ਨੇ ਮੈਸਾਂ ਦਾ ਕੰਮ ਵਪਾਰ ਇਹ ਨਹੀਂ ਕਰਦੇ ਦੇਖੇ ਕਦੇ ਉਹੀ ਖੋਰ ਬਣਾਉਂਦੇ ਫਿਰੀ ਜਾਂਦੇ ਮੈਸਾਂ 'ਚ ਹੋਰ ਹੁਣ ਨਾਲੇ ਕੁਛ ਨਜ਼ਾਰਾ ਲੈਂਦੇ ਨੇ ਤਾਂ ਉੱਤੋਂ ਮਲਾਈ ਲਾ ਕੇ ਖਾਂਦੇ ਨੇ ਬਣਦਾ ਨਹੀਂ ਕੁਛ ਆਪਾਂ ਫਿਰੀ ਜਾਂਦੇ ਤਾਂ ਕੁਛ ਨਹੀਂ ਹੁੰਦਾ ਜੀ ਬਿਜ਼ਨਸ 'ਚ ਹੁੰਦਾ ਇੱਕ ਵਾਰੀ ਦਾ ਰਿਸਕ ਹੁੰਦਾ ਤਾਂ ਬਿਜ਼ਨਸ 'ਚ ਪੈਸਾ ਲਾਉਂਦੇ ਨੇ ਮੋਟਾ ਕਮਾਉਂਦੇ ਵੀ ਐਂ ਹੀ ਲਾ ਦੇ ਪੈਸੇ ਕੁਛ ਵੀ ਨਹੀਂ ਮਾਰੇ ਤੁਹਾਨੂੰ ਖੜਾ ਦੇ ਕੰਪਨੀ 'ਚ ਅਸੀਂ ਜਿਵੇਂ ਮੈਨੇਜਰ ਲੱਗੇ ਹੋਏ ਅਸੀਂ ਗਾਹਾਂ ਸੀਓ ਨੂੰ ਪੈਸੇ ਦੇਵਾਂਗੇ ਸੀਈਓ ਹੁੰਦਾ ਇੱਕ ਕੰਪਨੀ ਦਾ ਫਿਰ ਉਹਦਾ ਭੱਜੇ ਜੇ ਭਾਈ ਭੱਜੇ ਤਾਂ ਰਿਸਕ ਹੈ ਰਿਸਕ ਕੋਈ ਨਹੀਂ ਹੁੰਦਾ ਜੀ ਇਹਦੇ ਵਿੱਚ ਰਿਸਕ ਹੀ ਹੈ ਇਹ ਹੁਣ ਬੰਦੇ ਨੂੰ ਪੈਸੇ ਦਿੰਦੇ ਆ ਤੇਰੇ ਤਾਂ ਹਾਲਾ ਬੰਦਾ ਭੱਜ ਗਿਆ ਫਿਰ ਅਸੀਂ ਕੀ ਕਰਾਂਗੇ ਭਾਈ ਐਂ ਕੰਪਨੀ ਕਿਵੇਂ ਭਾਜੀ ਤੁਸੀਂ ਇਹ ਸੋਚੋ ਵੀ ਐਡੇ ਐਡੇ ਬਿਜ਼ਨਸਮੈਨ ਪੈਸਾ ਕੁਛ ਸੋਚ ਕੇ ਲਾਉਂਦੇ ਨੇ ਕੋਈ ਗੱਲ ਹੈ ਤਾਂ ਹੀ ਲਾਉਂਦੇ ਨੇ ਹੁਣ ਇਹਨਾਂ ਨੂੰ ਤਾਂ ਗੱਲ ਹੈਗੀ ਗੱਲ ਤਾਂ ਕਰੀ ਇਹਨਾਂ ਨਾਲ ਨੇਵਰਾਂ ਨਾਲ ਇਹਨਾਂ ਨੇ ਪੈਸੇ ਲਾਏ ਹੋਏ ਨੇ ਮੀ ਚੀਪੜਾ ਮੇਰਾ ਨਾਲ ਇਹ ਤਾਂ ਹੋਰ ਨਾ ਲਾ ਦੇ ਤਾਂ ਪੰਜੀ ਨਹੀਂ ਲਾਉਂਦਾ ਬਗੜਾ ਤੂੰ ਵੀ ਹੁਣ ਚਾਹ ਪੀ ਕੇ ਜਾਈਂ ਨਾ ਚਾਚੀ ਤੁਸੀਂ ਪੀਓ ਜਾ ਤਾਂ ਨਾ ਮੈਂ ਕਰਤਾ ਇਹਦੇ ਨਾਨੇ ਨੂੰ ਫੋਨ ਉਹ ਵੀ ਆਉਣ ਲੱਗਾ ਬਹਿ ਜਾ ਮੰਮੀ ਨਾ ਉਹ ਤਾਂ ਫਿਰ ਤੈਨੂੰ ਪਤਾ ਹੀ ਆ ਚਾਚੀ ਮੈਨੂੰ ਤਾਂ ਉਹ ਦੇਖ ਕੇ ਨਹੀਂ ਰਾਜੀ ਉਹ ਚੱਲ ਕੋਈ ਨਹੀਂ ਨਾ ਨਾ ਤੁਸੀਂ ਪੀਓ ਚਾ ਬਹਿ ਜਾਂਦਾ ਮੰਮੇ ਆ ਜੀ ਆਪਣੇ ਮਾਰ ਜੀ ਗੇੜਾ ਚਵਾਰਾ ਜਾ ਪਾਇਆ ਘਰੇ ਆਇਆ ਨਹੀਂ ਖਾਸਾ ਟਾਈਮ ਹੋ ਗਿਆ ਆ ਕੇ ਜਾਊਂਗਾ ਮੈਂ ਤਾਂ ਉਧਰ ਕਦੇ ਗੇੜੇ ਹੀ ਨਹੀਂ ਮਾਰਿਆ ਦੇਖ ਜੀ ਘਰ ਛੋਟਾ ਹੁੰਦਾ ਉੱਥੇ ਹੀ ਖੇਡਦਾ ਰਹੇ ਤੂੰ ਆਊਂਗਾ ਅੱਜ ਪੱਕਾ ਮੈਂ ਉੱਥੋਂ ਮੈਸਾਂ ਚੋਂ ਨਹੀਂ ਨਿਕਲਦਾ ਕਰੀ ਹੋਵੇਗਾ ਕਰੀ ਹੋਵੇਗਾ ਹਾਂ ਕਰੀਆਂ ਮੈਂ ਤਾਂ ਆ ਜੀ ਚੰਗਾ ਉਧਰ ਹੀ ਉਧਰ ਸਮਝਾਈ ਮੈਨੂੰ ਗੱਲ ਸਾਰੀ ਚੰਗਾ ਨਾਨੀ ਉਹੀ ਕਰੀ ਜਾਂਦਾ ਤਾਂ ਪੰਗਾ ਵਾਲਾ ਹੋ ਰਿਹਾ ਨਾ ਬਾਹਰ ਲੰਘਦੇ ਬੰਦੇ ਹੋ ਮੈਂ ਤਾਂ ਆਪਦੇ ਕਣੀ ਪੂਰਾ ਜ਼ੋਰ ਆ ਰੱਖਿਆ ਮੇਰੇ ਤਾਂ ਆਪ ਫਸੇ ਹੋਏ ਨੇ ਪੈਸੇ ਆਉਂਦੇ ਕੋਈ ਨਾ ਬਾਕੀ ਮੈਂ ਗੱਲ ਕਰ ਲੈ ਆ ਗਿਆ ਕੀ ਹਾਲ ਹੈ ਮਾਮੇ ਠੀਕ ਆ ਹੋਰ ਹਰਮਨ ਖੇਤ ਗਏ ਹੋਏ ਤੇ ਹੋਰ ਠੀਕ ਆ ਆ ਗਿਆ ਹਾਂ ਠੰਡ ਵਾਲੀ ਆ ਯਾਰ ਹੋਰ ਠੀਕ ਆ ਬਸ ਸੋਨਾ ਸਿੜੀ ਆ ਗੋਡਾ ਤਿਲਕ ਗਿਆ ਤੇ ਖਾਲ ਸੀ ਕਰਨ ਹੋਰ ਕਣਕ ਕਣਕ ਕਿਵੇਂ ਠੀਕ ਆ ਕਣਕ ਤਾਂ ਠੀਕ ਆ ਭਾਈ ਕਣਕ ਹੋਰ ਫਿਰ ਕਦੋਂ ਆਇਆ ਸੀ ਮੈਂ ਤਾਂ ਅੱਧਾ ਘੰਟੇ ਹੋਇਆ ਜੇ ਅੱਛਾ ਚਾਹ ਚੱਕ ਲਾ ਮੱਖੀ ਨਾ ਬਈ ਕੋਈ ਨਾ ਹੋਵੇ ਲਵੇ ਲਾਉਣੀ ਤੇ ਨਾ ਹੁਣ ਤਾਂ ਮੈਂ ਆ ਗਿਆ ਤੀ ਮੈਨੂੰ 10 ਕਿ ਦਿਨ ਹੋਏ ਨੇ ਮੈਂ ਪਹਿਲਾਂ ਬਾਹਰੇ ਵਗ ਗਿਆ ਜੀ ਕਿੱਥੇ ਵਗ ਗਿਆ ਦੀ ਬਾਹਰੇ ਮੈਂ ਤਾਂ ਬਈ ਜਾ ਕੇ ਆਇਆ ਆਹੋ ਭਾਈ ਤੁਸੀਂ ਬਾਹਰੇ ਫਿਰੀ ਜਾਂਦੇ ਹੋ ਸਾਨੂੰ ਅੰਦਰ ਕਰਤਾ ਅੰਦਰ ਕਰਨ ਨਹੀਂ ਕੀ ਕਰਤਾ ਮੈਂ ਤਾਂ ਆਪ ਫਸੇ ਹੋਇਆ ਵਿਚਾਰੇ ਹੋਰ ਕੀ ਮਕਲਾਵਾ ਇਹ ਯਾਰ ਹੈ ਤੂੰ ਕਹੇਗਾ ਹੁਣ ਸਾਰੇ ਚੜ ਗਿਆ ਮੇਰੇ ਤੇ ਸਾਨੂੰ ਲੋਕ ਭੈਣ ਤੇਰਾ ਕਹਾਂ ਕਿ ਬੀਹੀ ਦਾ ਗੇਟ ਨਹੀਂ ਡੱਪਣ ਦਿੰਦੇ ਨਾਨੇ ਮੈਂ ਤਾਂ ਆਪ ਤੁਹਾਡੇ ਵਾਂਗੂ ਵਿਚਾਰੇ ਫਸਿਆ ਮੈਂ ਕਿਹੜਾ ਪੈਸੇ ਫਸਾ ਨਹੀਂ ਰੱਖੇ ਹੁਣ ਛਣਾ ਫਸੇ ਆਇਆ ਵਿਚਾਰੇ ਤੂੰ ਉਹਦਾ ਹਰਮਨ ਯਾਰ ਤੈਨੂੰ ਪਤਾ ਆ ਯਾਰ ਜਿਹੜੇ ਤੈਨੂੰ ਕੌਣ ਰੋਕਦਾ ਟੋਕਦਾ ਭਾਈ ਚੰਗੀਆਂ ਤੁਹਾਨੇ ਕਾਰਾਂ ਲੈ ਲਈਆਂ ਵੱਡੀਆਂ ਵੱਡੀਆਂ ਹੈ ਨਾਨੇ ਗੱਲ ਸੁਣ ਮੈਂ ਚੰਗੀਆਂ ਤੁਹਾਨੇ ਕੋਠੀਆਂ ਪਾ ਲਈਆਂ ਮੈਂ ਤਾਂ ਇਹਨਾਂ ਨੇ ਤੈਨੂੰ ਉਦੋਂ ਵੀ ਸਮਝਾਇਆ ਦੀ ਵੀ ਬਾਲੇ ਫੜ ਤੜ ਕੇ ਨਹੀਂ ਕਰੀਦਾ ਹੁੰਦਾ ਆਪਦੇ ਆਪਦੇ ਜੋਗੇ ਲਾ ਲਈਦੇ ਹੁੰਦੇ ਨੇ ਕਾਹਨੂੰ ਸਮਝਾਇਆ ਤੀ ਭਾਈ ਤੈਂ ਤੂੰ ਅਸਲ ਵਿੱਚ ਚੱਕ ਗਿਆ ਰਿਸ਼ਤੇਦਾਰੀ ਦਾ ਫਾਇਦਾ ਫਾਇਦਾ ਨਹੀਂ ਕੋਈ ਨਾਨੇ ਚੱਕਿਆ ਹੈਗਾ ਆਹੀ ਗੱਲ ਹੋਰ ਕੀ ਆ ਉਹ ਗੱਲ ਲੋਕ ਸੱਚੀ ਗੱਲ ਕਹਿੰਦੇ ਨੇ ਵੀ ਰਿਸ਼ਤੇਦਾਰ ਨੂੰ ਪੈਸਾ ਦਿੱਤਾ ਹੌਲੀ ਬੋਲਾ ਬਾਪੇ ਐਸਾ ਤਾਂ ਰਿਸ਼ਤੇਦਾਰੀ ਟੁੱਟੀ ਮੈਂ ਹੋਰ ਕੀ ਗੱਲ ਸਮਝਾਉਂਦਾ ਸੀਗਾ ਮਹਾਂ ਤੁਸੀਂ ਜਾਣਦੇ ਖੜਦੇ ਰਿਸ਼ਤੇਦਾਰੀ ਚੋਂ ਆਪਦੇ ਦਾ ਰਿਸਕ ਕਾਹਨੂੰ ਸਮਝਾਉਂਦਾ ਤੂੰ ਕੱਲ ਦਾ ਚੋਚਲਾ ਦੀ ਸਾਲਾ ਸਾਨੂੰ ਤੂੰ ਫੁੱਦੂ ਬਣਾ ਗਿਆ ਤੂੰ ਸਾਰੇ ਟੱਬਰ ਨੂੰ ਤੂੰ ਫੁੱਦੂ ਨਹੀਂ ਹੁਣ ਤੂੰ ਆਪ ਦੇ ਤੈਨੂੰ ਪਤਾ ਹੈ ਮਾਮੇ ਪੜ੍ਹਿਆ ਲਿਖਿਆ ਤੂੰ ਮੈਂ ਤੈਨੂੰ ਹੋਰ ਦੱਸਦਾ ਜੇ ਕੋਈ ਹੋਰ ਹੁੰਦਾ ਤੇਰੀ ਜਗ੍ਹਾ ਤੇ ਬੰਦਾ ਹੁਣ ਨੂੰ ਤਾਂ ਮੈਂ ਗਲ ਤੋੜਿਆ ਹੁੰਦਾ ਮਾਰ ਕੇ ਕਹੀ ਉਹਦਾ ਗਲ ਵੱਢ ਦਿੰਦਾ ਮੈਂ ਫਿਰ ਵੀ ਨਾਨੇ ਫਿਰ ਵੀ ਮੈਂ ਅੱਜ ਕਿੰਨੇ ਦਾ ਆਪਾਂ ਨੇ ਮੋੜ ਲੈਣਾ ਪੈਸੇ ਛੁੱਟ ਛਣਾ ਮੋੜਿਆ ਯਾਰ 5 ਲੱਖ ਰੁਪਏ ਤੂੰ ਰੁਪਈਆ ਸਾਨੂੰ ਮੋੜਿਆ ਸਰ ਆਜੇ ਹੈ ਮੈਂ ਤਾਂ ਕੀ ਮੋੜਦਾ ਤੈਨੇ ਉਹ ਵੀ 2 ਲੱਖ ਕੇਰਾ ਦੇ ਗਿਆ 2.5 ਲੱਖ ਕੇਰਾ ਦੇ ਗਿਆ 1 ਲੱਖ ਰੁਪਇਆ ਕੇਰਾ ਫੜਾ ਗਿਆ ਕੇ ਕੀ ਦਿੱਤਾ ਜੀ ਦਿੱਤਾ ਤੈਂ ਉਹ
ਮੈਂ ਇੱਕ ਹੋਰ ਤਰੀਕਾ ਜਿਹਾ ਦੇਖਿਆ, ਮੈਂ ਵੀ ਉਸੇ ਤਰੀਕੇ ਨਾਲ ਆਪਦੇ ਪੈਸੇ ਕਢਾਉਂ। ਜਿਹੜੇ ਮਰਜ਼ੀ ਤਰੀਕੇ ਨਾਲ ਲੈ ਭਾਈ, ਸਾਡੇ ਰੁਪਈਏ ਦੇ ਦੇ, ਅਸੀਂ ਬਹੁਤ ਤੰਗ ਆ। ਇਦੂ ਪਹਿਲਾਂ ਕਿ ਮੈਂ ਤੁਹਾਡੇ ਪਿੰਡਾਂ ਵਾਂ, ਫਿਰ ਭਾਈ ਮੈਂ ਤੋਂ ਬੁਰਾ ਕੋਈ ਨਹੀਂ, ਫਿਰ ਮੈਂ ਉੱਚਾ ਨੀਵਾਂ ਮੇਰੇ ਤੋਂ ਬੋਲਿਆ ਜਾਊਗਾ, ਫਿਰ ਤੁਸੀਂ ਕਹੋਗੇ ਵੀ ਨਾਨਾ ਉੱਚਾ ਨੀਵਾਂ ਬੋਲਦਾ। ਗੱਲ ਸੁਣ ਨਾਨੇ ਮੇਰੀ, ਹੁਣ ਐਂ ਲੜਨ ਨਾਲ ਤਾਂ ਇਹਦੇ ਕੋਈ ਹੱਲ ਹੁੰਦਾ ਨਹੀਂ ਹੈਗਾ ਮਾਮੇ, ਤੈਨੂੰ ਵੀ ਪਤਾ। ਮਾੜਾ ਮੋਟਾ ਕਹਿਣਾ ਮੈਂ ਕਿਹਾ ਨਾ, ਇੱਕ ਮੈਂ ਜਿਹੜੇ ਤਰੀਕੇ ਨਾਲ ਕਰ ਰਿਹਾ, ਮੈਂ ਕਿਹਾ ਇੱਕ ਹੋਰ ਤਰੀਕਾ, ਇੱਕ ਨਵੀਂ ਕੰਪਨੀ ਵਾਲਾ। ਕਿਹੜੀ ਕੰਪਨੀ? ਜਿਵੇਂ ਮੈਂ ਪਹਿਲਾਂ ਨਹੀਂ ਤੁਹਾਡਾ 6 ਲੱਖ ਮੋੜਿਆ, ਉਸ ਤਰੀਕੇ ਨਾਲ ਆਪਾਂ। ਕਿਹੜਾ ਤਾਂ 6 ਲੱਖ ਮੋੜਦਾ ਸਾਨੂੰ ਇਹ? ਹੈਂ, ਉਦੋਂ 5 ਲੱਖ ਰੁਪਏ ਦਿੱਤਾ, 2 ਘੇਰਾ ਦਿੱਤਾ, 2 ਘੇਰਾ ਨੂੰ ਲੱਖ ਤੂੰ ਘੇਰਾ ਦੇ ਕੇ ਤੇਰੀ ਨਾਨੀ ਨੂੰ। ਨਾਨੇ ਮੈਂ 6 ਦਿੱਤਾ ਉਹਦੇ, ਜਦੋਂ ਆਪਾਂ ਬਾਹਰਲੇ ਘਰ ਹੁੰਦੇ ਦੀ ਜਦੋਂ ਤੂੰ ਜਾਗ ਪਾਣੀ ਪਈ ਨਾ ਜਮੀ 6 ਦੀ ਨਾਨੇ 5 ਤੀ ਗਾ ਹੱਦ ਹੋ ਗਈ ਤੇਰੀ ਯਾਰ ਜਮੀ 5 ਤੀ। ਅੱਛਾ ਹਾਂ 5 ਤੀ ਗਾ 5 ਹਾਂ ਚਲ 5 ਲਾ ਲਓ ਫਿਰ ਹੁਣ ਕਿਵੇਂ ਮੰਨ ਗਿਆ 5 ਤੇ? ਚਲੋ ਠੱਗੀਆਂ ਦੇ ਲੱਕ ਬੰਨ ਰਿਹਾ ਵੀ ਅਣਪੜਾ ਬੰਦੇ ਨੇ ਜੇ ਮਾਰੀ ਠੱਗ ਲਈਏ ਯਾਦ ਵੀ ਭੁੱਲ ਜਾਂਦਾ ਹੈ ਅੱਖ ਫਰਕਣ ਲੱਗ ਗਈ ਬਾਪੇ ਮੇਰੀ ਇਧਰਲੀ ਹੈ ਮੈਂ ਕਹਿਣਾ ਮੈਂ ਕਿਹਾ ਜਿਹੜੀ ਹੁਣ ਫਿਰ ਨਵੀਂ ਇੱਕ ਹੋਰ ਕੰਪਨੀ ਨਾਲ ਕਹਿਣਾ ਮੈਂ ਟੋਟੋ ਮੋਟੋ ਕੰਪਨੀ ਹੈ ਕਿਹੜੀ ਟੋਟੋ ਮੋਟੋ ਨਵੀਂ ਆਈ ਇਹ ਕਿੱਥੋਂ ਦੀ ਹੈਗੀ ਇਹ ਹੁਣ ਚ ਨਵੇਂ ਬਿਜ਼ਨਸਮੈਨ ਬੜੇ ਨੇ ਸਾਰੇ ਅਡਾਨੀ ਹੋਰੀ ਵੱਡੇ ਕਿਉਂ ਬਾਪੇ ਉਹ ਭੈਣ ਕਿਹੜਾ ਵੇਖ ਕੇ ਤੇਰੀ ਟੋਟੋ ਮੋਟੋ ਓਏ ਉਹ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣ ਇੱਕ ਵਾਰੀ ਮੈਂ ਕਿਹਾ ਉਹ ਚ ਨਾ 3 ਮਹੀਨੇ 'ਚ ਪੈਸਾ ਡਬਲ ਦਿੰਦੇ ਨੇ ਤੂੰ ਆਪੇ ਸੋਚ ਕਿਉਂ ਨਾ ਮਾਮੇ ਇਹਨੂੰ ਕੀ ਬੈਂਗਣ ਦਾ ਪਤਾ ਇਹਨੂੰ ਕਹੀ ਜਾਣਾ ਤੂੰ ਕਿਉਂ ਨਾਨੇ ਕਿਉਂ ਮਾਮੇ ਹੈਂ ਇਹਨੂੰ ਕੀ ਪਤਾ ਨਾਨੀ ਤੂੰ ਆਪ ਸੋਚ ਤੂੰ ਮੈਨੂੰ ਸਮਝਾ ਕੀ ਗੱਲਬਾਤ ਹੋਰ ਤਾਂ ਕੋਈ ਤਰੀਕਾ ਵੀ ਨਹੀਂ ਹੈਗਾ ਨਾ ਹੁਣ ਹੋਰ ਰਿਹਾ ਵੀ ਕੀ ਮੇਰੀ ਗੱਲ ਸੁਣ ਲੈ ਬੰਦਿਆਂ ਵਾਂਗੂ ਸਾਡੇ ਰੁਪਈਏ ਦੇ ਦੇ ਨਾ ਅਸੀਂ ਟੋਟੋਆਂ 'ਚ ਲਾਈਏ ਨਾ ਮੋਟੋਆਂ 'ਚ ਲਾਈਏ ਤੇਰੇ ਪਿੱਛੇ ਲੱਗ ਕੇ ਹੈਂ ਬੰਦਿਆਂ ਵਾਂਗੂ ਸਾਡੇ ਪੈਸੇ ਦੇ ਦੇ ਇਹ ਤਾਂ ਉਹੀ ਗੱਲ ਹੋ ਗਈ ਕਹਿੰਦਾ ਜੇ ਕਿਸੇ ਨੇ ਰਿਸ਼ਤੇਦਾਰੀ ਤੋੜਨੀ ਆ ਪੈਸੇ ਦੇ ਦੇ ਹੋਰ ਪੁੱਤ ਅਸੀਂ ਤਾਂ ਤੇਰੀ ਭੂਆ ਤੋਂ ਫੜ ਕੇ ਦਿੱਤੇ ਹੋਏ ਆ ਪੈਸੇ ਹੁਣ ਤਾਂ ਸਾਡਾ ਬਾਰ ਵੱਡ ਵੱਡ ਖਾਦਾ ਮਾੜੀ ਮੋਟੀ ਸ਼ਰਮ ਕਰੋ ਯਾਰ ਤੁਸੀਂ ਹੈਂ ਉਹਦੇ ਤਾਂ ਇੰਨੇ ਲੱਖਾਂ ਰੁਪਈਏ ਆ ਨਾਨੇ ਇੰਨੇ ਲੋਕਾਂ ਨੇ ਲਾ ਲਏ ਯਾਰ ਉਦੋਂ ਬਾਅਦ ਤਾਂ ਕੋਈ ਰਿਸਕ ਵਾਲੀ ਗੱਲ ਹੀ ਨਹੀਂ ਇਹਦੇ 'ਚ ਤਾਂ ਨਾ ਪੁੱਤ ਅਸੀਂ ਨਹੀਂ ਕੋਈ ਇਦਾਂ ਦੇ ਚੱਕਰਾਂ 'ਚ ਪੈਣਾ ਤੂੰ ਜਿਹੜੇ ਸਾਡੇ ਪਹਿਲੇ ਪੈਸੇ ਗਏ ਹੋਏ ਆ ਉਹ ਸਾਨੂੰ ਵਾਪਸ ਕਰ ਮੈਂ ਚਲੋ ਕੁਝ ਨਾ ਕੁਝ ਕਰਦਾ ਹੁਣ ਬਾਕੀ ਮਾਮੇ ਨੂੰ ਭੇਜ ਦਿਓ ਕਿਹੜਾ ਕਰੇਗਾ ਤੂੰ ਰੁਪਈਏ ਮਾਮੇ ਦੀ ਇਹ ਗੱਲ ਕਰਾ ਲਿਆ ਉਂਗਾ ਡਾਇਰੈਕਟ ਉੱਤੇ ਕੰਪਨੀ 'ਚ ਉਹ ਨਹੀਂ ਮਾਮੇ ਨੇ ਤਾਂ ਕੀਤਾ ਮੈਂ ਖਸਮਾ ਤੂੰ ਹੋ ਗਿਆ ਉਹ ਹਜੇ ਤੇਰਾ ਮਾਮਾ ਹੋ ਗਿਆ ਮੈਨੂੰ ਕਿਉਂ ਪਾਪੇ ਕਹੀ ਜਾਂ ਨਾ ਮੈਂ ਤਾਂ ਗਈ ਨਹੀਂ ਹੁਣ ਤੁਸੀਂ ਨਹੀਂ ਕੁਝ ਕਰਦੇ ਚਲ ਕਾਹਨੂੰ ਬੋਲਦਾ ਤੂੰ ਐਂ ਕਰ ਪੈਸੇ ਪੂਰੇ ਹੋ ਜਾਣਗੇ ਤੇਰੇ ਨਾਲ ਤੇਰੇ ਨਾਲ ਕੰਪਨੀ ਦੇ ਆ ਤੇਰੀ ਮਾਮੀ ਨੂੰ ਭੇਜਿਆ ਕਰੇ ਨਾਨੀ ਨੂੰ ਐਂ ਤਾਂ ਕਰੂ ਐਂ ਕਰ ਲੈ ਗੱਡੀ ਕਿਹੜੀ ਹੈ ਤੇਰੇ ਕੋਲੇ ਗੱਡੀ ਤਾਂ ਵਰਨਾ ਹੈ ਵਰਨਾ ਗੱਡੀ ਖੜਾ ਜਾ ਸਾਡੇ ਲਵੇ ਹਰਮਣਾ ਨਾਲੇ ਤੂੰ ਚਲਾ ਲਿਆ ਕਰੀ ਨਾਲੇ ਅਸੀਂ ਚਲਾ ਲਿਆ ਮੈਂ ਵਰਨਾ ਤੂੰ ਹੋਰੇ ਮੇਰੇ ਸਾਲ ਦੇ ਘਰ ਰੁਪਈਏ ਖਰਾਬ ਕਰਨ ਨੂੰ ਤੁਲ ਗਏਗਾ ਮੈਂ ਇੱਕ ਵਾਰੀ ਕਹੀ ਹੈ ਨਾ ਕੋਈ ਅਸੀਂ ਸਾਨੂੰ 5-5 ਦੇ ਦੇ ਭਾਈ ਵਿਆਜ ਬੂਜ ਸੇ ਤਾਂ ਕੋਈ ਨਹੀਂ ਲੈਂਦੇ ਗੇ ਜਿਹੜਾ ਸਾਡਾ ਮੂਲ ਆ ਉਹ ਦੇ ਦੇ ਸਾਨੂੰ ਕੋਈ ਕਾਰਾਂ ਦੀ ਲੋੜ ਨਹੀਂ ਤੇਰੀਆਂ ਗੱਡੀਆਂ ਤੈਨੂੰ ਮੁਬਾਰਕਾਂ ਹੋਰ ਪੁੱਤ ਇੱਥੇ ਲੋਕਾਂ ਨੇ ਸਾਡੇ ਘਰ ਜੇ ਮੈਨੂੰ ਕੁਝ ਹੋ ਗਿਆ ਮੈਂ ਮਰ ਗਿਆ ਮੈਂ ਤੂੰ ਸਿੱਧਾ ਮੈਂ ਤੇਰਾ ਨਾਂ ਲੈ ਕੇ ਮਰੂੰਗਾ ਮੈਂ ਤੈਨੂੰ ਸਿੱਧੀ ਗੱਲ ਦੱਸ ਦਿੰਦਾ ਇੰਨਾ ਤੰਗ ਆ ਮੈਂ ਤਾਂ ਹੋਰ ਤੇਰੀ ਕੰਪਨੀ ਖੜ ਕੇ ਮੇਰੀ ਗੱਲ ਸੁਣ ਲੈ ਜੇ ਲੋਕਾਂ ਨੇ ਇੱਥੇ ਸਾਡੇ ਘਰ ਤੇ ਨਾ ਹੱਲਾ ਬੋਲਤਾ ਇੰਨਾ ਛਿੱਤਰ ਫੇਰ ਨਾ ਸਾਡੇ ਤਾਂ ਕੁੜੇ ਨਾ ਪੁੜਾ ਮੈਚ ਹੌਲੀ ਬੋਲ ਹੌਲੀ ਬੋਲ ਮੈਂ ਤਾਂ ਚੈੱਕ ਦੇ ਸਕਦਾ ਹੋਰ ਤਾਂ ਕੀ ਹੈ ਕਿਉਂ ਮਰੀ ਜਾਂਦਾ ਯਾਰ ਧੋਤੀ ਬਣੀ ਆ ਰਿਸ਼ਤੇਦਾਰੀ ਚੱਪਲ ਪਾ ਲੈਂਦਾ ਮੈਨੂੰ ਚੱਲ ਫੁੱਦੂ ਬਣਾਈ ਜਾਂਦਾ ਸਾਨੂੰ ਯਾਰ ਤੂੰ ਕਿਉਂ ਬਾਪੇ ਮਾਰੀ ਗਾ ਤੂੰ ਜਾਂਦਾ ਯਾਰ ਹੈ ਕਾਣੂ ਨਾਨੇ ਤਾਂ ਉਹ ਯਾਰ ਕੀ ਮਾਰੀ ਮੋਟੀ ਆ ਜਾ ਉਧਰ ਉਧਰ ਖੜਦੇ ਆ ਕਿਹਦੇ ਨਾਲ ਮਾਰ ਲੱਗੇ ਤੂੰ ਆ ਜਾ ਆ ਜਾ ਆ ਚੱਲ ਬਰਦ ਮੇਰੇ ਹੱਥੇ ਪੈਸੇ ਦੇ ਦੇ ਅਸੀਂ ਬਹੁਤ ਤੰਗ ਆ ਫਿਰ ਕਹੇਗਾ ਨਹੀਂ ਘਰੇ ਆ ਕੇ ਮੇਰੇ ਐਤਕੀ ਫੇਰ ਨਹੀਂ ਗਏ ਜੀ ਤੁਸੀਂ ਦਿਖਲਾ ਲਾਰਾ ਲਾ ਗਏ ਵੀ ਜਾਵਾਂਗੇ ਸਤਸੰਗ ਤੇ ਗਾਹਾਂ ਨੂੰ ਚੱਲਿਓ ਪੱਕਾ ਚੰਗਾ ਇੱਕ ਯੂਟਿਊਬ ਤੇ ਮੈਂ ਤੁਹਾਨੂੰ ਉਹ ਭਰ ਕੇ ਦਿੰਦਾ ਬਾਬੇ ਦਾ ਚੈਨਲ ਨਵੇਂ ਭਾਜਨ ਆਉਂਦੇ ਨੇ ਉੱਤੇ ਆ ਗਿਆ ਭਾਣ ਜੇ ਤੂੰ ਹਾਂ ਉੱਧਰ ਤਾਂ ਮਾਮੇ ਹੈ ਨਹੀਂ ਤੂੰ ਘਰੇ ਦਾ ਕੁੰਡਾ ਲਾ ਰੱਖਿਆ ਫਿਰ ਹੈ ਨਹੀਂ ਘਰੇ ਕੋਈ ਅੱਛਾ ਹਾਂ ਚੱਲ ਚੱਲੀਏ ਘਰੇ ਫਿਰ ਘਰੇ ਕੀ ਕਰਾਂਗੇ ਅੱਜ ਇੱਧਰ ਹੀ ਵਕਤ ਚੱਲਦੇ ਹਾਂ
ਉਹ ਮੈਂ ਕਹਿੰਦਾ ਜੀ ਚਾਹ ਚੂ ਪਿਆ ਆਂਦਾ ਤੈਨੂੰ ਭੁਜਿਆ ਬਿਸਕੁਟ ਜੇ ਫੜ ਕੋਈ ਨਹੀਂ ਆ ਜਾ ਇੱਧਰ ਚੱਲਦੇ ਆਪਾਂ ਚੰਗਾ ਜੀ ਚੱਲਿਓ ਪੱਕਾ ਗਾਹ ਨੂੰ ਬੇੜੇ ਪਾਰ ਹੋ ਜਾਣਗੇ ਆ ਖੋਲ ਪਾਣ ਚ ਲਓ ਜੀ ਗੱਡੀ ਵੱਡੀ ਲੈ ਲਈ ਹੈ ਕੰਪਨੀ ਬਿਜ਼ਨਸ ਕੰਪਨੀ ਹੈ ਵੱਡੀ ਟੋਟੋ ਮੋਟੋ ਹੈ ਬਿਜ਼ਨਸ ਕੰਪਨੀ ਹੈ ਤੋ ਸੁਣਿਆ ਹੋਗਾ ਨਾਮ ਐਡਾਂ ਹੀ ਆ ਸੁਣਿਆ ਹੋਣੀਆਂ ਨਾ ਮੈਂ ਤੈਨੂੰ ਪਤਾ ਇੰਨਾ ਘੱਟ ਹੀ ਫਿਰ ਧਿਆਨ ਜਾ ਦਿੰਦਾ ਅੱਛਾ ਇਹ ਕੰਪਨੀ ਦਾ ਤੈਨੂੰ ਮੈਂ ਦੱਸਦਾ ਮੰਨ ਲਓ ਲੱਖ ਰੁਪਏ ਤੋਂ ਸ਼ੁਰੂ ਹੁੰਦਾ ਹੁੰਦਾ ਇਹ ਕੰਮ ਵਿੱਚ ਪੈਸਾ ਲਾਉਣਾ ਜਦੋਂ ਆਪਾਂ ਨੇ ਐਂ ਲਾ ਲਓ ਵੀ ਮਤਲਬ ਜਿਵੇਂ ਤੁਸੀਂ ਨੇ ਬੈਂਕ 'ਚ ਐਫ ਡੀ ਕਰਾ ਕੇ ਧਰਤੀ ਪੈਸੇ ਦੀ ਐਂ ਇਹਦੇ ਵਿੱਚ ਪੈਸੇ ਮੰਨ ਲਓ ਤੁਸੀਂ ਲੱਖ ਧਰਤਾ ਤੁਹਾਡਾ 3 ਮਹੀਨੇ 'ਚ ਡਬਲ 2 ਲੱਖ ਇੰਨਾ ਤਾਂ ਬੈਂਕ 'ਚ ਵਿਆਜ ਵੀ ਨਹੀਂ ਵਿਆਜ ਹੀ ਬਹੁਤ ਹੋ ਗਿਆ ਉਹੀ ਤਾਂ ਕਹਿੰਦਾ ਜੀ ਬੈਂਕ ਵਾਲੇ ਇੰਨਾ ਵਿਆਜ ਕਿੱਥੇ ਦਿੰਦੇ ਨੇ ਆਹੀ ਤਾਂ ਕੰਪਨੀ ਨੇ ਫੈਸਲਿਟੀ ਐਫ ਡੀ ਤਾਂ ਮੈਂ ਕਰਾਉਂਦਾ ਰਹਿਣਾ ਫਿਰ ਮੈਂ ਜਦੋਂ ਲੋਡ ਹੁੰਦੀ ਹੈ ਡੇਰੇ ਮੈਂ ਤੜਾ ਕੇ ਫਿਰ ਡੇਰੇ ਦੇ ਆਉਣਾ ਉਹਨਾਂ ਪੈਸੇ ਅੱਛਾ ਜੀ ਹੁਣ ਐਂ ਆ ਵੀ ਚੱਲ ਤੂੰ ਤਾਂ ਆਪਣਾ ਘਰ ਦਾ ਬੰਦਾ ਹਨਾ ਹੁਣ ਗਾਹਾਂ ਵਾਲੇ ਤੇਰੇ ਕੀ ਪਤਾ ਵੱਡੇ ਨੇ ਜਿਹੜੇ ਅਫਸਰ ਕਿਹੜਾ ਭਾਜੇ ਰਿਸਕ ਹੈ ਡੇਰੇ ਡੇਰੇ ਕਿਹੜੇ ਦੀ ਗੱਲ ਕਰਦੇ ਹੋ ਜੀ ਡੇਰਾ ਨਰਾਲੇ ਬਾਬੇ ਦਾ ਕਾਸ਼ੀਪੁਰ ਅੱਛਾ ਆ ਵੀ ਲਾ ਬਲਾਕ ਪ੍ਰਧਾਨ ਤਾਂ ਹੈਗਾ ਮੈਂ ਆਦੇ ਅੱਛਾ ਨਰਾਲੇ ਬਾਬੇ ਨੂੰ ਮੰਨਦੇ ਜੀ ਹੋਰ ਬਲਾਕ ਪ੍ਰਧਾਨ ਨੂੰ ਆ ਨਗ ਮਿਲਦਾ ਫਿਰ ਤੁਹਾਨੂੰ ਅੰਦਰਲੀ ਗੱਲ ਦਾ ਪਤਾ ਨਹੀਂ ਨਰਾਲੇ ਬਾਬੇ ਦਾ ਬਹੁਤ ਵੱਡਾ ਸ਼ੇਅਰ ਹੈ ਸਾਡੀ ਕੰਪਨੀ 'ਚ ਕਿਵੇਂ ਮਤਲਬ ਬਹੁਤ ਵੱਡਾ ਪੈਸਾ ਇਨਵੈਸਟ ਕਰਦਾ ਅੱਧਾ ਕੰਪਨੀ 'ਚ ਬਾਬੇ ਦਾ ਅੱਛਾ ਹਾਂ ਤੁਹਾਨੂੰ ਪਤਾ ਨਹੀਂ ਹੈ ਜੀ ਇਹਦਾ ਜੇ ਇਹੋ ਜਿਹੀ ਗੱਲ ਹੁੰਦੀ ਸਾਨੂੰ ਦੱਸਦਾ ਨਾ ਬਾਬਾ ਐਂ ਅੰਦਰੋਂ ਅੰਦਰੀ ਕੌਣ ਦੱਸਦਾ ਹੁੰਦਾ ਜੀ ਆ ਤੁਹਾਨੂੰ ਪਤਾ ਮੇਰੇ ਨਾਨੇ ਦਾ ਇਹਨੇ ਪੈਸਾ ਲਾਇਆ ਹੋਇਆ ਨਾਨੇ ਨੇ ਇਹ ਤਾਂ ਪੰਜੀ ਨਹੀਂ ਕੱਢਦਾ ਇਹ ਤਾਂ ਕਿਤੇ ਹੋਰ ਨਾ ਲਾ ਦੇ ਆਹੀ ਤਾਂ ਫਿਰ ਗੱਲਾਂ ਹੁੰਦੀਆਂ ਨੇ ਜੀ ਜੇ ਲੋਕ ਦੱਸਣ ਲੱਗ ਜਾਣ ਸਭ ਨੂੰ ਨਾ ਪਤਾ ਲੱਗ ਜੇ ਇਹ ਜੇ ਪੈਸਾ ਕਮਾਉਣਾ ਅੰਦਰੋਂ ਅੰਦਰੀ ਕਮਾਉਂਦੇ ਨੇ ਲੋਕ 12 ਲੱਖ ਲਾਏ ਤੀ ਮੇਰੇ ਨਾਨੇ ਨੇ ਮੈਥੋਂ ਹੀ ਲਵਾਏ ਤੀ ਕਹਿੰਦਾ ਕਿਤੇ ਭਾਵਨਾ ਕੱਢੀ 12 ਲੱਖ ਦਾ 24 ਬਣਾ ਕੇ ਲੈ ਗਿਆ ਕੰਪਨੀ ਨੇ ਦੀਵਾਲੀ ਦੇ ਗਿਫਟ ਦਿੱਤੀ ਦੀ ਗੱਡੀ ਬਹੁਤ ਮਹਿੰਗੀ ਉਹੀ ਤਾਂ ਫਿਰ ਗੱਲਾਂ ਨੇ ਜੀ ਕੰਪਨੀ ਮੈਂ ਬੰਦੇ ਜੋੜੇ ਨੇ ਹੁਣ ਮੈਂ ਤੁਹਾਡਾ 1 ਲੱਖ ਲਵਾ ਤਾ ਐਂ ਤਾਂ ਤੁਹਾਨੂੰ 1 ਲੱਖ ਦਾ 2 ਲੱਖ ਹੀ ਮਿਲੂ ਹੁਣ ਜੇ ਨਾਲ ਤੁਸੀਂ ਰਿਸ਼ਤੇਦਾਰ ਜੋੜ ਦੋਗੇ 50-50 ਹਜ਼ਾਰ ਰਿਸ਼ਤੇਦਾਰਾਂ ਦਾ ਲਵਾ ਦੋਗੇ ਉਹਨਾਂ ਦਾ ਵਿਆਜ 25-25 ਹਜ਼ਾਰ ਤੁਹਾਨੂੰ ਮਿਲੂ 50 ਹਜ਼ਾਰ ਹੋਰ ਬਣਾ ਜਾਓਗੇ ਜੇ 2 ਦਾ ਲਵਾ ਤਾ ਕਾਸੀ ਵਾਲੇ ਪਰੌਣੇ ਦੇ ਲਵਾ ਦਾਂਗੇ ਆਪਾਂ ਜਿੰਨੇ ਦੇ ਮਰਜ਼ੀ ਲਵਾ ਲਓ ਤੁਹਾਡਾ ਹੀ ਫਾਇਦਾ ਤੁਸੀਂ ਗਾਂ ਗੱਲ ਨਾ ਕਰਿਓ ਵੀ ਕੀਰਾ ਆਪਣਾ ਫਾਇਦਾ ਹੋ ਗਿਆ ਨਾ ਮੈਂ ਹੈਗਾ ਬਲਾਕ ਪ੍ਰਧਾਨ ਸੰਗਤ ਮੇਰੇ ਨਾਲ ਬਹੁਤ ਜੁੜੀ ਹੋਈ ਆ ਬਹੁਤ ਬੰਦੇ ਜੋੜ ਦੂ ਮੈਂ ਤਾਂ ਤੇਰੇ ਨਾਲ ਤੂੰ ਤਾਂ ਮਾਮੇ ਮੈਂ ਕਿਹਾ ਕਰੋੜਾਂ 'ਚ ਖੇਡੇਗਾ ਡੇਰੇ ਚ ਕੋਈ ਹੁਕਮ ਆ ਜੇ ਵੀ ਪੈਸੇ ਦੀ ਲੋੜ ਹੈ ਤਾਂ ਸੰਬੰਧ ਕੱਢੋ ਮੈਂ ਭਾਈ ਫਿਰ ਉਧਰ ਦੇਣੇ ਹੁੰਦੇ ਨੇ ਹੁਕਮੇ ਆਇਆ ਫਿਰ ਬਸ ਐ ਲਾ ਲੋ ਮੈਂ ਕਹਿੰਦਾ ਮੈਂ ਰਾਇ ਕਰ ਲੈਂਦਾ ਤੇਰੀ ਮਾਮੀ ਨਾਲ ਫੋਨ ਲਾ ਕੇ ਉੱਥੇ ਰਹਿੰਦੀ ਆ ਡੇਰੇ ਚ ਉਹ ਤੁਹਾਡੀ ਮਰਜ਼ੀ ਹੈ ਜਿਵੇਂ ਤੁਸੀਂ ਨੇ ਕਰਨਾ ਹੈਗਾ ਮੇਰੇ ਵੱਲੋਂ ਤਾਂ ਮੈਂ ਤਾਂ ਤੁਹਾਨੂੰ ਸਮਝਾ ਤਾ ਦੇਖੇ ਤਾਂ ਮੈਂ ਤੁਹਾਡਾ ਖਿੱਚ ਕੇ ਤਾਂ ਪੈਸਾ ਲਿਜਾਣਾ ਨਹੀਂ ਕੋਈ ਚੱਕ ਕੇ ਲੈ ਜਾ ਇਹ ਤਾਂ ਤੁਹਾਡੀ ਮਰਜ਼ੀ ਹੈ ਲਾਉਂਗੇ ਤਾਂ ਫਾਇਦਾ ਖੱਟ ਲਓਗੇ ਨਹੀਂ ਫਿਰ ਤੁਹਾਡੀ ਮਰਜ਼ੀ ਹੈ ਹੋਰ ਸਾਰਾ ਦਿਨ ਫਿਰੀ ਜਾਂਦੇ ਆ ਖੇਤ ਕੋਈ ਫਾਇਦਾ ਨਹੀਂ ਜੀ ਪੰਜੀ ਨਹੀਂ ਜੁੜਦੀ ਪੰਜੀ ਦਾ ਰਿਸਕ ਨਹੀਂ ਮੈਂ ਕਿਹਾ ਇੱਥੇ ਕਿਵੇਂ ਕਰੀਏ ਚੱਲ ਮੈਂ ਤਾਂ ਤੇਰੀ ਗਰੰਟੀ ਤੇ ਲਾਉਂ ਬਣ ਜਾ ਫਿਰ ਮਕੜਾ ਲਿਆਉਂਗਾ ਚੈੱਕ ਲੈ ਜਾਏਗਾ ਫਿਰ ਨਾ 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 ਚੈੱਕ ਨਹੀਂ ਜੇ ਚੈੱਕ ਲਾਉਂਗੇ ਐਂ ਲਾ ਲਓ ਤੁਹਾਨੂੰ 18% GST ਪੈ ਜਾਊ 1 ਲੱਖ 'ਚੋਂ 18 ਹਜ਼ਾਰ ਰੁਪਇਆ GST ਦਾ ਕੱਢ ਜਾਊ ਅੱਛਾ
ਨੁਕਸਾਨ ਹੈ ਤੁਹਾਡਾ ਉੱਥੇ ਸਾਡੇ ਖਾਤੇ ਦੂਜੇ ਨੇ ਡੇਰੇ 'ਚ ਖੁੱਲ੍ਹੇ ਹੋਏ ਨੇ ਨਹੀਂ ਪਤਾ ਨਾ ਪਵੇ ਉਹਨਾਂ 'ਤੇ ਟੈਕਸ ਦੇਖ ਲਓ ਫੋਨ ਆਈ ਜਾਂਦੇ ਨੇ ਮੈਨੂੰ ਤਾਂ ਹਜੇ ਵੀ ਕੰਪਨੀ ਲੈਣਦੇ ਡੇਰੇ ਵਾਲੇ ਖਾਤੇ ਨੇ ਜੋ ਮਰਜ਼ੀ ਹੈ ਜੀ GST ਸਭ ਨੂੰ ਪੈਂਦੀ ਹੈ ਕੰਪਨੀ ਦੀ ਅੱਛਾ ਹਾਂ ਰਿਸਕ ਵਾਲਾ ਬਣ ਜੇ ਕੰਮਾਂ 'ਚ ਰਿਸਕ ਕਾਹਨੂੰ ਹੈ ਜੀ ਰਿਸਕ ਮੈਨੂੰ ਇਹ ਦੱਸੋ ਪਹਿਲਾਂ ਕਿੱਥੇ ਨਹੀਂ ਅੱਜ ਕੱਲ੍ਹ ਰਿਸਕ ਗੱਡੀ 'ਚ ਜਾਂਦੇ ਤਾਂ ਰਿਸਕ ਜਹਾਜ਼ 'ਤੇ ਜਾਂਦੇ ਤਾਂ ਰਿਸਕ ਰੇਲ ਗੱਡੀ 'ਤੇ ਜਾਂਦੇ ਤਾਂ ਰਿਸਕ ਹੈ ਪਾਣੀ ਪੀਂਦੇ ਤਾਂ ਰਿਸਕ ਰੋਟੀ ਖਾਂਦੇ ਤਾਂ ਰਿਸਕ ਇੱਥੇ ਗੱਡੀ ਸਾਈਡ 'ਤੇ ਲਾਈ ਖੜ੍ਹੇ ਇੱਥੇ ਰਿਸਕ ਖਬਰ ਆ ਵੀ ਮਗਰ ਦੀ ਮਾਰੇ ਕੀ ਬਣ ਜਾ ਗੱਡੀ ਜੀ ਚੱਲ ਫਿਰ ਐਂ ਕਰੂੰਗਾ ਮੈਂ ਹਾਂਜੀ 10,000 ਰੁਪਇਆ ਡੇਰੇ ਵਾਲਾ ਅੱਡ ਕੱਢ ਕੇ ਹਾਂਜੀ ਹੈਂ ਕੱਲੂ ਕਢਾ ਲਊ ਮੈਂ ਪੈਸੇ ਫਿਰ ਮੈਂ ਕਿਹਾ ਜਿਹੜਾ ਕੰਮ ਕੱਲੂ ਕਰਨਾ ਉਹ ਅੱਜ ਕਰ ਲੈਂਦੇ ਟਾਈਮ ਨਾ ਲਾਓ ਹੁਣ ਫਿਰ ਪਿੱਛੇ ਇਹ ਕੋਈ ਪਤਾ ਨਹੀਂ ਹੁੰਦਾ ਕੰਪਨੀ ਸਕੀਮਾਂ ਕਦੋਂ ਬਦਲਦੇ ਇਹ ਕੋਈ ਰੱਬ ਵੱਲੀ ਹੁੰਦਾ ਹੈਗਾ ਕੰਮ ਖਬਰ ਕਿਸਮਤ ਚਮਕਣੀ ਹੋਵੇ ਅੱਜ ਕੀ ਪਤਾ ਅੱਜ ਹੋਣੀ ਹੋਵੇ ਨਰਾਲੇ ਬਾਬੇ ਦੀ ਕਿਰਪਾ ਮੈਂ ਉਹੀ ਤਾਂ ਗੱਲ ਕਹਿਣਾ ਜੀ ਰੱਬ ਜੋ ਕਰਦਾ ਸਹੀ ਇਹ ਕਰਦਾ ਹੁੰਦਾ ਚੱਲ ਐ ਫਿਰ ਨਰਾਲੇ ਬਾਬੇ ਦਾ ਕੈਸ਼ ਚਾਹੀਦਾ ਆਪਾਂ ਨੂੰ ਜੀ ਆਪਣਾ ਕੈਸ਼ ਦੇ ਦੂੰਗਾ ਚੱਲ ਬੈਂਕ ਕਨੀ ਨੂੰ ਮੋੜ ਲੈ ਫਿਰ ਬੈਂਕ ਚ ਲਈਏ ਹਾਂ ਲੈ ਚਲੋ ਫਿਰ ਕਢਾਈ ਲੈਨੇ ਆ ਉਹ ਪਟਿਆਲਾ ਬੈਂਕ ਜੀ ਚ ਨੇ ਸਰਕਾਰੀ ਚ ਹਾਂ ਸਰਕਾਰੀ ਚਲੋ ਬੈਜਾ ਬੈਜਾ ਕੋਈ ਗੱਲ ਕਰਨੀ ਤੇਰੇ ਨਾਲ ਰੋਟੀ ਵੀ ਖਾਣੀ ਤਾਂ ਗੱਲ ਕਰੀ ਪਈਆਂ ਨੇ ਗੱਲਾਂ ਕੋਈ ਸੋਚਿਆ ਵਿਚਾਰਿਆ ਮਾੜਾ ਮੋਟਾ ਪਾਪੇ ਯਾਰ ਸਾਨੂੰ ਲੋੜ ਨਹੀਂ ਹੈਗੀ ਤੂੰ ਚੁੱਪ ਕਰਕੇ ਰੋਟੀ ਖਾ ਲੈ ਕਿਉਂ ਇਹਆਂ ਗੱਲਾਂ ਕਰੀ ਜਾਂਦਾ ਸੋਹਣਾ ਲੱਗਦਾ ਗੱਲ ਸੁਣ ਬੇਟਾ 10 ਕਿੱਲਿਆਂ ਦਾ ਮਸਲਾ ਹੈ ਸਾਰੇ ਯਾਰ ਪਾਪੇ ਸਾਨੂੰ ਲੋੜ ਨਹੀਂ ਯਾਰ ਤੂੰ ਖਾ ਲੈ ਰੋਟੀ ਸਾਰੀ ਜ਼ਿੰਦਗੀ ਕਮਾਈ ਕਰੀ ਜਾ ਮੈਂ ਸਾਰੀ ਜ਼ਿੰਦਗੀ 10 ਕਿੱਲੇ ਨਹੀਂ ਜੁੜਨੇ ਹੈ ਮਾੜਾ ਮੋਟਾ ਸੁਰਤ ਵਿਚਾਰ ਨਾਲ ਕੋਈ ਦਿਮਾਗ ਤੋਂ ਕੰਮ ਲੈ ਹੈ ਕੋਈ ਨਾ ਪਾਪੇ ਸੋਚ ਲਾਂਗੇ ਯਾਰ ਤੂੰ ਰੋਟੀ ਖਾ ਲੈ ਮੈਂ ਤੈਨੂੰ ਇਹ ਦੱਸਤਾ ਉਮਰਾਂ ਤੇਰੀ ਕੋਈ ਇਹ ਗੱਲ ਕਰਨ ਮੈਂ ਤੈਨੂੰ 20 ਵਾਰ ਕਹਿਤਾ ਮੈਨੂੰ ਤੀਵੀਂ ਦੀ ਲੋੜ ਨਹੀਂ ਹੈਗੀ ਮੈਂ ਤਾਂ ਤੇਰੇ ਵਾਸਤੇ ਹੂਲਾ ਫੱਕਦਾ ਫਿਰਦਾ ਹੈ ਹੋ ਮੇਰੀ ਗੱਲ ਸੁਣ ਜੇ ਕਿਤੇ ਉਹਨੇ ਹੋਰ ਕਿਤੇ ਹਾਂ ਹੂੰ ਕਰਤੀ ਇਹ ਆਪਣੇ ਕੋਲ ਆਖਰੀ ਉਹ ਮੌਕਾ ਹੈ ਮੁੜ ਕੇ ਆਪਾਂ ਨੂੰ ਇਹੋ ਜਿਹਾ ਮੌਕਾ ਨਹੀਂ ਮਿਲਣਾ ਹੋਰ ਕਿੱਥੇ ਕਰੂਗੀ ਉਹ ਹਾਂ ਮੈਨੂੰ ਲੱਗਦਾ ਤੂੰ ਪਹਿਲਾਂ ਕਰੀ ਬੈਠਾ ਗੱਲਬਾਤ ਉਹਦੇ ਨਾਲ ਜਿਹੜੇ ਹਿਸਾਬ ਨਾਲ ਜਮਾ ਨਹੀਂ ਨੇਮੋ ਨੇਮ ਵਾਲੀ ਗੱਲ ਹੈ ਮੈਂ ਹਜੇ ਉਹਦੇ ਨਾਲ ਕੋਈ ਗੱਲ ਹੀ ਨਹੀਂ ਕਰੀ ਮੈਂ ਪਹਿਲਾਂ ਮੈਂ ਆਪਦੇ ਬੇਟੇ ਨਾਲ ਗੱਲ ਕਰਾਂ ਸਾਰੀ ਯਾਰ ਭਾਪੇ ਸਾਨੂੰ ਤਾਂ ਲੋੜ ਨਹੀਂ ਤੂੰ ਹੋਰ ਇੱਥੇ ਪਿੰਡ 'ਚ ਜਲੂਸ ਕਢਾਏਗਾ ਤੈਨੂੰ ਦੱਸਤੀ ਗੱਲ ਮੈਂ ਤੈਨੂੰ ਕਿੰਨੇ ਵਾਰ ਕਿਹਾ ਪੁੱਤ ਆਪਾਂ ਨੇ ਪਿੰਡ 'ਚ ਰੌਲਾ ਕਿਉਂ ਪਾਉਣਾ ਹੈ ਉੱਥੇ ਰਹੂਗੀ ਮੈਂ ਇੱਥੇ ਰਹੂੰਗਾ ਮੈਂ 3 ਦਿਨ ਉੱਥੇ ਲਾਇਆ ਕਰੂੰਗਾ 3 ਦਿਨ ਇੱਥੇ ਲਾਇਆ ਕਰੂੰ ਲੋਕਾਂ ਨੂੰ ਐਂ ਕਹਿੰਦੀ ਮੇਰੇ ਬਾਪ ਦਾ ਮੈਸਾਂ ਦਾ ਵਪਾਰ ਕਰਨ ਲੱਗ ਗਿਆ ਹੈ ਪਾਪੇ ਤੂੰ ਰਹਿਣ ਦੇ ਤੂੰ ਰੋਟੀ ਓਏ ਬਹੁਤ ਵਧੀਆ ਮੌਕਾ ਉਹ ਏਦੂ ਵਧੀਆ ਮੌਕਾ ਰੋਟੀ ਲੈ ਲਓ ਹੋਰ ਲੈ ਲੈਂਦੇ ਆ ਐਣ ਦੇ ਖਸਮ ਦੀ ਉੱਤੇ ਭੌਂਕੀ ਜਾਂਦੀ ਹੈ ਵਗ ਜਾ ਕੋਈ ਪ੍ਰੋਜੈਕਟ ਲਾਉਣੇ ਅਸੀਂ ਕਿਹੜਾ ਲਾਏਗਾ ਤੂੰ ਮੈਦਾਂ ਮਿਲਾਂ La 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 la